ਵਿਜ਼ਨ ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਦਾ ਮੈਂ ਜਸਵੀਰ ਪੋਗਲ ਇੱਕ ਵਾਰੀ ਫਿਰ ਇਲੈਕਸ਼ਨ ਸਪੈਸ਼ਲ ਦੀ ਇਸ ਕੜੀ ਦੇ ਵਿੱਚ ਸਵਾਗਤ ਕਰਦਾ। ਜਿਵੇਂ ਕਿ ਸਾਰੇ ਜਾਣਦੇ ਨੇ ਕਿ ਮੈਨੀਟੋਬਾ ਦੇ ਵਿੱਚ ਇਲੈਕਸ਼ਨ ਅਨਾਊਂਸ ਹੋ ਚੁੱਕੇ ਨੇ ਔਰ ਸਤੰਬਰ ਮਹੀਨੇ ਦੇ ਵਿੱਚ ਇਲੈਕਸ਼ਨਸ ਹੋਣਗੇ ਔਰ ਇਸ ਕੜੀ ਯਾਨੀ ਕਿ ਇਲੈਕਸ਼ਨ ਸਪੈਸ਼ਲ ਦੇ ਤਹਿਤ ਅਸੀਂ ਵੱਖਰੇ ਵੱਖਰੇ ਉਮੀਦਵਾਰਾਂ ਦੇ ਨਾਲ ਵੱਖਰੇ ਵੱਖਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ, ਰੂਬਰੂ ਕਰਾਉਂਦੇ ਹਾਂ ਉਹਨਾਂ ਨੂੰ ਸਾਡੇ ਲੋਕਾਂ ਦੇ ਨਾਲ। ਅੱਜ ਦੀ ਇਸ ਕੜੀ ਦੇ ਵਿੱਚ ਸਾਡੇ ਨਾਲ ਸਾਡੇ ਇਸ ਸਟੂਡੀਓ ਦੇ ਵਿੱਚ ਹਾਜ਼ਰ ਨੇ ਬਾਈ ਦਲਜੀਤ ਬਰਾੜ, ਜਿਹੜੇ ਕਿ ਨੇ ਬਰੋਸ ਕੰਸਟੀਚੁਐਂਸੀ ਤੋਂ ਐਨਡੀਪੀ ਪਾਰਟੀ ਦੇ ਉਮੀਦਵਾਰ। ਬਹੁਤ ਬਹੁਤ ਸਵਾਗਤ ਤੁਹਾਡਾ ਬਾਈ ਜੀ। ਥੈਂਕ ਯੂ ਬਾਈ ਜੀ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ, ਕਿੰਨਾ ਚਿਰ ਹੋ ਗਿਆ ਤੁਹਾਨੂੰ ਪੋਲੀਟਿਕਸ ਦੇ ਨਾਲ ਜੁੜਿਆ ਹੋਇਆ, ਐਨਡੀਪੀ ਪਾਰਟੀ ਦੇ ਨਾਲ ਜੁੜਿਆ ਹੋਇਆ? ਦੇਖੋ ਭੁੱਗਲ ਸਾਹਿਬ, ਮੈਂ ਐਨਡੀਪੀ ਪਾਰਟੀ ਪਿਛਲੇ 2-3 ਸਾਲ ਤੋਂ ਮੈਂ ਐਨਡੀਪੀ ਪਾਰਟੀ ਦਾ ਮੈਂਬਰ ਹਾਂ, ਪਰ ਮੈਂ ਐਕਟਿਵ ਪੋਲੀਟਿਕਸ ਦੇ ਵਿੱਚ ਰੀਸੈਂਟਲੀ ਆਇਆ। ਅੱਛਾ ਜੀ, ਕੁਛ ਮਹੀਨੇ ਪਹਿਲਾਂ ਜੀ। ਤੇ ਦੱਸੋ ਫਿਰ ਇਸ ਸ਼ੁਰੂਆਤ ਬਾਰੇ, ਇਹ ਫੁਰਨਾ ਕਿੱਦਾਂ ਫੁਰਿਆ ਪਈ ਮੈਂ ਹੁਣ ਪੋਲੀਟਿਕਸ ਦੇ ਵਿੱਚ ਐਕਟਿਵ ਹੋਣਾ, ਤੇ ਇਹ ਜਰਨੀ ਕਿੱਥੋਂ ਸ਼ੁਰੂ ਹੋਈ, ਕਿੱਥੇ ਪਹੁੰਚੀ ਹੈ? ਮੈਂ ਇਹਨੂੰ ਬਾਈ ਜਸਵੀਰ ਲਿੰਕ ਕਰੂੰਗਾ ਕਮਿਊਨਿਟੀ ਨਾਲ, ਕਿਉਂਕਿ ਸਭ ਤੋਂ ਪਹਿਲਾਂ ਤਾਂ ਇਹ ਮੇਰਾ ਇਕੱਲੇ ਦਾ ਫੈਸਲਾ ਨਹੀਂ ਸੀ। ਪਿਛਲੇ ਲੰਮੇ ਸਮੇਂ ਤੋਂ ਅਸੀਂ ਭਾਈਚਾਰੇ ਦੇ ਨਾਲ ਰਲ ਕੇ ਕੁਝ ਯੂਥ ਐਕਟੀਵਿਟੀਜ਼ ਕਰ ਰਹੇ ਸੀ, ਨੌਜਵਾਨਾਂ ਨੂੰ ਬੱਚਿਆਂ ਨੂੰ ਐਜੂਕੇਟ ਕਰ ਰਹੇ ਸੀ, ਕਲਚਰ ਨਾਲ ਸੰਬੰਧਿਤ, ਭਾਸ਼ਾ ਨਾਲ ਸੰਬੰਧਿਤ, ਜਰਨਲਿਜ਼ਮ ਨਾਲ ਸੰਬੰਧਿਤ, ਜਾਂ ਸਪੋਰਟਸ ਨਾਲ ਜੁੜੀਆਂ ਕੁਛ ਐਕਟੀਵਿਟੀਜ਼, ਰੀਕ੍ਰੀਏਸ਼ਨ ਨਾਲ ਜੁੜੀਆਂ ਕੁਛ ਐਕਟੀਵਿਟੀਜ਼, ਐਜੂਕੇਸ਼ਨਲ ਟੂਰਸ ਕਰਵਾ ਰਹੇ ਸੀ। ਉਸ ਸਬੱਬ ਦੇ ਨਾਲ ਕੀ ਹੋਇਆ ਕਿ ਭਾਈਚਾਰੇ ਦੇ ਪਰਿਵਾਰਾਂ ਨਾਲ ਮਿਲਣ ਦਾ ਮੌਕਾ ਮਿਲਿਆ। ਹੋਇਆ ਇਹ ਕਿ 250 ਪਰਿਵਾਰਾਂ ਨਾਲ, 300 ਪਰਿਵਾਰਾਂ ਨਾਲ ਨਾਤਾ ਜੁੜ ਗਿਆ, ਇੱਕ ਛੋਟੀ ਕਮਿਊਨਿਟੀ ਬਣ ਗਈ। ਲੋਕਾਂ ਨੂੰ ਇਹ ਲੱਗਿਆ ਕਿ ਯਾਰ ਸਾਨੂੰ ਵਧੀਆ ਇੱਕ ਲੀਡਰਸ਼ਿਪ ਮਿਲ ਰਹੀ ਹੈ, ਮੈਨੂੰ ਗਾਈਡੈਂਸ ਮਿਲ ਰਹੀ ਸੀ ਪੇਰੈਂਟਸ ਤੋਂ, ਪੇਰੈਂਟਸ ਅਤੇ ਬੱਚਿਆਂ ਨੂੰ, ਖਾਸ ਤੌਰ 'ਤੇ ਬੱਚਿਆਂ ਨੂੰ ਇੱਕ ਲੀਡਰਸ਼ਿਪ ਮਿਲ ਰਹੀ ਸੀ, ਕਿਉਂਕਿ ਮੈਂ ਯੂਨੀਵਰਸਿਟੀ 'ਚ ਪੜ੍ਹਾਉਂਦਾ ਰਿਹਾ ਸੀ, ਯੂਥ ਐਕਟੀਵਿਟੀਜ਼ ਦਾ ਮੈਂ ਇੰਚਾਰਜ ਰਿਹਾ ਸੀ, ਆਪ ਵੀ ਮੈਂ ਯੂਥ ਫੈਸਟੀਵਲਸ ਦੇ ਵਿੱਚ ਕਾਫੀ ਪਾਰਟੀਸਪੇਟ ਕਰਦਾ ਰਿਹਾ। ਤਾਂ ਉਹਨਾਂ ਚੀਜ਼ਾਂ ਦੇ ਨਾਲ ਇੱਕ ਸਬੱਬ ਆਟੋਮੈਟਿਕਲੀ, ਮਤਲਬ ਇਹ ਗੱਲ ਡਿਸਕਸ ਹੋਣ ਲੱਗ ਗਈ ਕਿ ਯਾਰ ਤੂੰ ਇੱਕ ਸੰਭਾਵੀ ਲੀਡਰ ਹੋ ਸਕਦਾ, ਹੈ ਨਾ। ਮੈਨੂੰ ਹਾਸਾ ਆਉਂਦਾ ਸੀ ਪਹਿਲਾਂ, ਯਾਰ ਵੀ ਨਹੀਂ, ਮੈਂ ਤਾਂ ਐਜੂਕੇਸ਼ਨਿਸਟ ਰਿਹਾ, ਮੈਂ ਫੈਕਲਟੀ 'ਚ ਰਿਹਾ, ਪੜ੍ਹਾਉਂਦਾ ਰਿਹਾ, ਤਾਂ ਐਕਡੈਮਿਕਸ ਨਾਲ ਮੇਰਾ ਸੰਬੰਧ ਸੀ। ਬਸ ਇੱਦਾਂ ਹੀ ਗੱਲਾਂ ਬਾਤਾਂ ਕਰਦਿਆਂ ਹੋਇਆਂ ਰਲ ਮਿਲ ਕੇ ਦੋਸਤਾਂ ਮਿੱਤਰਾਂ ਨੇ, ਬੱਚਿਆਂ ਦੇ ਪੇਰੈਂਟਸ ਨੇ ਫੈਸਲਾ ਲਿਆ, ਮੈਨੂੰ ਕਿਹਾ ਕਿ ਯਾਰ ਲੈਟਸ ਟਰਾਈ ਇਟ, ਤਾਂ ਮੈਂ ਫਿਰ ਟਰਾਈ ਕੀਤਾ। ਅਤੇ ਜਦੋਂ ਇਹੋ ਜਿਹਾ ਡਿਸੀਜਨ ਲਿਆ ਜਾਂਦਾ ਹੈ ਨਾ, ਕੋਈ ਨਾ ਕੋਈ ਬੇਸ ਹੁੰਦਾ ਇਸ ਡਿਸੀਜਨ ਦਾ। ਸਿਰਫ ਇਹ ਨਹੀਂ ਕਿ ਹਾਂ ਰਾਤੀ ਉੱਠੇ ਵੀ ਅੱਜ ਮੇਰਾ ਦਿਲ ਕਰਦਾ ਕਿ ਹੁਣ ਮੈਂ ਪੋਲੀਟਿਕਸ ਜੁਆਇਨ ਕਰ ਲਵਾਂ ਜਾਂ ਮੈਂ MLA ਕੈਂਡੀਡੇਟ ਲਈ ਖੜਾ ਹੋ ਜਾਵਾਂ। ਕੋਈ ਨਾ ਕੋਈ ਤੁਸੀਂ ਵੀ ਸੋਸਾਇਟੀ ਦੇ ਵਿੱਚ ਚੀਜ਼ਾਂ ਦੇਖਦੇ ਹੋ ਜਾਂ ਜਿਹੜੇ ਲੋਕ ਤੁਹਾਨੂੰ ਸਪੋਰਟ ਕਰਦੇ ਨੇ ਉਹ ਚੀਜ਼ਾਂ ਦੇਖਦੇ ਨੇ, ਕੁਛ ਨਾ ਕੁਛ ਸੋਸਾਇਟੀ ਦੇ ਵਿੱਚ ਕੋਈ ਬੁਰਾਈਆਂ ਦੇਖਦੇ ਹੋਣਗੇ, ਕੁਝ ਕਮੀਆਂ ਜੋ ਨੇ ਉਹ ਦਰਪੇਸ਼ ਆਉਂਦੀਆਂ ਉਹਨਾਂ ਦੇ ਉਹ ਦੇਖਦੇ ਹੋਣਗੇ। ਕਿਹੋ ਜਿਹੀਆਂ ਉਹ ਚੀਜ਼ਾਂ ਸਨ ਜਿਨ੍ਹਾਂ ਨੇ ਤੁਹਾਨੂੰ ਇੰਸਪਾਇਰ ਕੀਤਾ ਜਾਂ ਇੰਸਟੀਗੇਟ ਕੀਤਾ ਕਿ ਹਾਂ ਇਸ ਫੀਲਡ ਦੇ ਵਿੱਚ ਆਉਣਾ ਹੈ ਅਤੇ ਕੁਛ ਕਰਨਾ ਹੈ? ਜੇ ਮੈਂ ਜਨਰਲ ਸਟੇਟਮੈਂਟ ਦੇਵਾਂ ਤਾਂ ਇੰਪਰੂਵਮੈਂਟ ਕਿਸੇ ਵੀ ਫੀਲਡ ਦੇ ਵਿੱਚ ਹੈ ਜ਼ਿੰਦਗੀ ਦੇ ਵਿੱਚ, ਉਹਦੀ ਕੋਈ ਹੱਦ ਨਹੀਂ। ਅਸੀਂ ਇਹ ਨਹੀਂ ਕਹਿ ਸਕਦੇ ਕਿ ਹੁਣ ਅਸੀਂ ਸੁਧਰ ਗਏ ਹਾਂ ਜਾਂ ਸਾਡਾ ਸਮਾਜ ਸੁਧਰ ਗਿਆ ਜਾਂ ਧਰਤੀ ਸੋਹਣੀ ਹੋ ਗਈ ਹੈ ਜਾਂ ਹਵਾ ਸਾਫ਼ ਹੋ ਗਈ ਹੈ। ਹੋਰ ਸਾਫ਼ ਹੋ ਸਕਦੀ ਆ, ਹੋਰ ਸੋਹਣੀ ਹੋ ਸਕਦੀ ਆ, ਹੋਰ ਵਧੀਆ ਹੋ ਸਕਦੀ ਆ, ਹੋਰ ਅਚੀਵ ਕੀਤਾ ਜਾ ਸਕਦਾ। ਉਹਦੇ ਵਿੱਚ ਤੁਹਾਨੂੰ ਆਪਣੀਆਂ ਕੈਪੇਬਿਲਿਟੀਜ਼ 'ਤੇ, ਆਪਣੇ ਸਕਿੱਲਸ 'ਤੇ ਕਈ ਵਾਰੀ ਮਾਣ ਹੁੰਦਾ। ਜਦੋਂ ਅਸੀਂ ਸਟੂਡੈਂਟ ਯੂਨੀਅਨ ਦੇ ਵਿੱਚ ਕੋਈ ਗੱਲਬਾਤ ਕਰਦੇ ਹੁੰਦੇ ਸੀ ਤਾਂ ਸਾਰੀ ਯੂਨੀਵਰਸਿਟੀ ਨੇ ਰਲ ਕੇ ਸਟ੍ਰਾਈਕ ਕਰ ਦੇਣੀ ਵੀ ਯੂਨੀਵਰਸਿਟੀ ਦਾ ਨਾਂ ਚੇਂਜ ਕਰਨ ਲੱਗਿਆ ਜੀ, ਅਸੀਂ ਨਹੀਂ ਹੋਣ ਦੇਣਾ। ਠੀਕ ਹੈ, ਕਿੰਨੇ ਸਟੂਡੈਂਟ, 1500 ਸਟੂਡੈਂਟ ਨੇ ਸਟ੍ਰਾਈਕ ਕੀਤੀ। ਜਦੋਂ ਤੁਸੀਂ ਵਾਈਸ ਚਾਂਸਲਰ ਦੇ ਕਮਰੇ ਜਾ ਕੇ ਗੱਲ ਕਰਨੀ, 3 ਜਾਂ 4 ਨੇ 5 ਨੇ ਕਰਨੀ ਹੁੰਦੀ ਹੈ, ਫਿਰ ਉਦੋਂ ਕੁਛ ਮੁਸਰੇ ਹੁੰਦੇ, ਯਾਰ ਤੂੰ ਕਰ, ਤੂੰ ਵਧੀਆ ਗੱਲ ਕਰ ਲੈਣਾ। ਇਹ ਕੰਪਲੀਮੈਂਟ ਹੈ ਜਿਹੜੇ ਉਹ ਸਟੂਡੈਂਟ ਲਾਈਫ ਤੋਂ ਵੀ ਮਿਲਦੇ ਹੁੰਦੇ ਸੀ, ਜਾਂ ਜਦੋਂ ਕਿਸੇ ਇਕੱਠ ਦੇ ਵਿੱਚ ਬੈਠੇ ਹੋ, ਤੁਸੀਂ ਕਿਸੇ ਮੀਟਿੰਗ ਦੇ ਵਿੱਚ ਬੈਠੇ ਹੋ, ਕਿਸੇ ਪਾਰਟੀ ਦੇ ਵਿੱਚ ਬੈਠੇ ਹੋ, ਕਿਸੇ ਬੱਚੇ ਦੇ ਜਨਮ ਦਿਨ 'ਤੇ ਗਏ ਆ, ਤਾਂ ਕੋਈ ਬੰਦਾ ਤੁਹਾਨੂੰ ਕਹਿ ਦਿੰਦਾ ਯਾਰ ਵੀ ਤੂੰ ਇਉਂ ਕਰ, ਤੂੰ ਇੰਟਰੋਡਕਸ਼ਨ ਦੇ ਦੇ, ਤੂੰ ਸੋਹਣਾ ਬੋਲਣਾ। ਤਾਂ ਉਹਦੇ 'ਚੋਂ ਮੈਨੂੰ ਸੈਲਫ ਅਵੈਲੂਏਸ਼ਨ ਜਿਵੇਂ ਹੁੰਦੀ ਹੈ, ਮੈਨੂੰ ਇਹ ਲੱਗਣ ਲੱਗ ਗਿਆ ਕਿ ਮੈਂ ਲੋਕਾਂ ਦੀ ਗੱਲ ਸਮਝ ਕੇ ਗਾਂਹ ਸਮਝਾਉਣ ਜੋਗਾ ਹੈਗਾ, ਵੀ ਮੈਂ ਬੋਲ ਸਕਦਾ, ਮੈਨੂੰ ਇਹ ਕੌਨਫੀਡੈਂਸ ਜਿਹਾ ਹੋ ਗਿਆ। ਅਤੇ ਇਹ ਪੋਲੀਟਿਕਸ ਕੀ ਹੈ, ਇਟਸ ਆਲ ਅਬਾਊਟ ਰੈਪ੍ਰਜੈਂਟਿੰਗ ਪੀਪਲ, ਕਿਉਂਕਿ ਮੈਂ ਕੋਈ ਆਪਣੇ ਆਈਡੀਆਜ਼ ਇੰਪਲੀਮੈਂਟ ਕਰਨ ਖਾਤਰ ਇਸ ਫੀਲਡ 'ਚ ਨਹੀਂ ਆਇਆ, ਮੈਂ ਤਾਂ ਲੋਕਾਂ ਦੀ ਆਵਾਜ਼, ਮੈਨੂੰ 20 ਬੰਦਿਆਂ ਨੇ ਕਹਿੰਦਾ ਯਾਰ ਸਾਡੀ ਆਹ ਸਮੱਸਿਆ, ਉੱਥੇ ਜਾ ਕੇ ਦੱਸਿਆ, ਮੈਂ ਦੱਸ ਸਕਦਾ। ਮੈਂ ਇਹੀ ਗੱਲ ਕਰਨਾ ਚਾਹ ਰਿਹਾ ਕਿ ਹਾਂ ਤੁਸੀਂ ਜਨਰਲ ਗੱਲ ਕਰ ਦਿੱਤੀ ਕਿ ਹਾਂ ਇੰਪਰੂਵਮੈਂਟ
ਹਰ ਚੀਜ਼ ਦੇ ਵਿੱਚ ਹੋ ਸਕਦੀ ਹੈ ਵੀ ਅਗਰੀ ਟੂ ਦੈਟ ਬਟ ਦੈਨ ਅਗੇਨ ਤੁਸੀਂ ਬਰੋਜ਼ ਕੰਸਟੀਟਿਊਐਂਸੀ ਦੇ ਵਿੱਚ ਸਪੈਸੀਫਿਕਲੀ ਕਿਹੜੀਆਂ ਇਹੋ ਜਿਹੀਆਂ ਕਮੀਆਂ ਦੇਖੀਆਂ ਨੇ ਜਿਹੜੀਆਂ ਤੁਸੀਂ ਅੱਗੇ ਰਿਪ੍ਰਜੈਂਟ ਕਰਨਾ ਚਾਹੁੰਦੇ ਹੋ ਅੱਗੇ ਪਹੁੰਚਾਉਣੀਆਂ ਚਾਹੁੰਦੇ ਹੋ ਔਰ ਉਹਨਾਂ ਨੂੰ ਠੀਕ ਕਰਨਾ ਚਾਹੁੰਦੇ ਹੋ ਜੀ ਦੇਖੋ ਭਾਵੇਂ ਤੁਸੀਂ ਹੈਲਥ ਤੋਂ ਸ਼ੁਰੂ ਕਰ ਲਓ ਭਾਵੇਂ ਤੁਸੀਂ ਸਪੋਰਟਸ ਤੋਂ ਸ਼ੁਰੂ ਕਰ ਲਓ ਭਾਵੇਂ ਤੁਸੀਂ ਜਿਹੜੇ ਸੀਨੀਅਰ ਹੋਮਸ ਅਫੋਰਡੇਬਲ ਹਾਊਸਿੰਗ ਤੋਂ ਸ਼ੁਰੂ ਕਰ ਲਓ ਪਾਰਕਸ ਦੀ ਇੰਪਰੂਵਮੈਂਟ ਸਕੂਲਾਂ ਦੇ ਕਲਾਸ ਸਾਈਜ਼ ਹਰ ਜਗ੍ਹਾ 'ਤੇ ਇੰਪਰੂਵਮੈਂਟ ਕਰਨ ਦੀ ਲੋੜ ਹੈ ਉਹਦੇ 'ਚੋਂ ਇਹ ਜ਼ਰੂਰ ਹੁੰਦਾ ਕਿ ਜਦੋਂ ਤੁਸੀਂ ਕੋਈ ਗੱਲ ਕਰਦੇ ਵੀ ਬੰਦਾ ਕਹਿੰਦਾ ਯਾਰ ਮੈਨੂੰ ਤਾਪ ਚੜ੍ਹਿਆ ਪਹਿਲਾਂ ਮੈਨੂੰ ਤਾਂ ਗੋਲੀ ਲਿਆ ਕੇ ਦੇ ਮੇਰਾ ਪਹਿਲਾਂ ਤਾਪ ਲਹੇ ਉਹ ਜਿਹੜਾ ਤਾਪ ਚੜ੍ਹਿਆ ਹੋਇਆ ਨਾ ਜੀ ਉਹ ਹੈਲਥ ਵਾਲਾ ਚੜ੍ਹਿਆ ਹੋਇਆ ਜੀ ਮੇਰੇ ERs ਜਿਹੜੇ ਬੰਦ ਹੋ ਗਏ ਨੇ ਤੇ ਉੱਥਾਂ ਅਰਜੈਂਟ ਕੇਅਰ ਜਿਹੜੇ ਖੁੱਲ ਗਏ ਨੇ ਹਾਂਜੀ ਇਹਦੇ ਬਾਰੇ ਕੀ ਤੁਹਾਡਾ ਔਰ NDP ਪਾਰਟੀ ਦਾ ਕੀ ਟੇਕ ਹੈ ਦੇਖੋ ਪਹਿਲੀ ਤਾਂ ਗੱਲ ਇਹ ਹੈ ਵੀ ਇਕੱਲੀ NDP ਪਾਰਟੀ ਨਹੀਂ ਮੈਂ ਇਹ ਕਹੂੰਗਾ ਲੋਕ ਇਸ ਚੀਜ਼ ਦੇ ਅਗੇਂਸਟ ਨੇ ਤੁਸੀਂ ਪਿਛਲੇ ਸਾਲਾਂ ਪਿਛਲੇ ਹਫ਼ਤਿਆਂ ਦੇ ਵਿੱਚ ਦੇਖਿਆ ਹੋਣਾ 7 ਓਕਸ ਜਿਹੜਾ ਐਮਰਜੈਂਸੀ ਰੂਮ ਹੈ ਉਹਦੇ ਸਾਹਮਣੇ ਰੈਲੀਜ਼ ਹੋਈਆਂ ਨੇ ਜੀ ਉਹ ਰੈਲੀਜ਼ ਹੋਈਆਂ ਨੇ ਲੋਕ ਉੱਥੇ ਇਕੱਠ ਹੋਇਆ ਬੋਲੇ NDP ਦੇ ਰੈਪ੍ਰਜੈਂਟੇਟਿਵ ਬੋਲੇ ਪਾਰਟੀ ਲੀਡਰ ਬੋਲੇ ਕਿ ਅਸੀਂ ਜਿਹੜੇ ਐਮਰਜੈਂਸੀ ਰੂਮ ਹੈ ਇਹਨਾਂ ਨੂੰ ਬੰਦ ਨਹੀਂ ਹੋਣ ਦੇਣਾ ਚਾਹੁੰਦੇ ਇਹ ਨਹੀਂ ਕਿ ਲੀਡਰ ਨਹੀਂ ਬੰਦ ਹੋਣ ਦੇਣਾ ਚਾਹੁੰਦੇ ਲੋਕ ਨਹੀਂ ਬੰਦ ਹੋਣ ਦੇਣਾ ਚਾਹੁੰਦੇ ਹਜ਼ਾਰਾਂ ਸਿਗਨੇਚਰ ਉਸ ਡਿਸੀਜਨ ਦੇ ਅਗੇਂਸਟ ਹੋਏ ਨੇ ਇੱਕ ਸਿੰਪਲ ਜਿਹੀ ਗੱਲ ਸਮਝਣ ਵਾਲੀ ਇਹ ਹੈ ਕਿ ਮੇਰੇ ਘਰ ਤੋਂ 2-2.5 ਮਿੰਟ ਦੀ ਡਰਾਈਵ ਹੈ 7 ਓਕਸ ਜੇ ਮੈਨੂੰ ਇੱਥੇ ਕੁਛ ਹੋ ਗਿਆ ਤਾਂ ਮੈਨੂੰ ਚੱਕ ਕੇ ਉੱਥੇ ਲਿਜਾਣਾ ਵਰਸਿਸ ਮੈਨੂੰ ਚੱਕ ਕੇ 11 ਕਿਲੋਮੀਟਰ ਲੈ ਕੇ ਜਾਣਾ ਉਹਦੇ 'ਚ ਫਰਕ ਹੈ ਜਦੋਂ ਅਸੀਂ ਕਿਸੇ ਚੀਜ਼ ਨੂੰ ਡੀਸੈਂਟਰਲਾਈਜ਼ ਕਰਦੇ ਹਾਂ ਹਰ ਕਮਿਊਨਿਟੀ ਨੂੰ ਤੁਸੀਂ ਇੰਪਰੂਵ ਕਰਦੇ ਹੋ ਹਰ ਕਮਿਊਨਿਟੀ ਨੂੰ ਇੱਕ ਫੈਸਿਲਿਟੀ ਦਿੰਦੇ ਹੋ ਤਾਂ ਉਹ ਕਮਿਊਨਿਟੀ ਸੈਲਫ ਸਸਟੇਨਿੰਗ ਕਮਿਊਨਿਟੀ ਬਣ ਜਾਂਦੀ ਹੈ ਜਦੋਂ ਅਸੀਂ ਉਹਨੂੰ ਸੈਂਟਰਲਾਈਜ਼ ਕਰ ਦਿੰਦੇ ਹਾਂ ਜਿਵੇਂ ਸਾਡੇ ਹੈ ਮੇਰਾ ਮੁਕਤਸਰ ਕੋਲ ਪਿੰਡ ਹੈ ਸਾਡੇ ਇੱਕ ਬੜੀ ਵਧੀਆ ਟਰਮ ਹੈ ਵੀ ਬਿਮਾਰ ਬੜਾ ਬਿਮਾਰ ਹੋ ਗਿਆ ਸੀ ਲੁਧਿਆਣੇ ਲੈ ਜਾਓ ਯਾਰ ਲੁਧਿਆਣੇ ਕਦੋਂ ਤੱਕ ਲਈ ਜਾਵਾਂਗੇ ਅਸੀਂ ਫਲਾਈਟ ਫੜਨੀ ਹੈ ਦਿੱਲੀ ਲੈ ਜਾਓ 13 ਘੰਟੇ ਦੀ ਡਰਾਈਵ ਸਾਡੇ ਆਪਦੇ ਏਅਰਪੋਰਟ ਕਦੋਂ ਬਣੂਗਾ ਅਸੀਂ ਜਿੱਥੇ ਰਹਿੰਦੇ ਹਾਂ ਉੱਥੇ ਸਾਨੂੰ ਫੈਸਿਲਿਟੀਜ਼ ਕਦੋਂ ਆਉਣ ਫਿਰ ਤੁਹਾਡਾ ਕਹਿਣ ਦਾ ਮਤਲਬ ਹੈ ਕਿ NDP ਪਾਰਟੀ ਜੇ ਪਾਵਰ ਦੇ ਵਿੱਚ ਆਉਂਦੀ ਹੈ ਇਹ ਸਾਰੀਆਂ ਸਰਵਿਸਿਜ਼ ਦੁਬਾਰਾ ਬਹਾਲ ਕੀਤੀਆਂ ਜਾਣਗੀਆਂ ਐਮਰਜੈਂਸੀ ਰੂਮਸ ਔਰ ਜਿੱਥੇ ਵੀ ਹੁਣ ਅਰਜੈਂਟ ਕੇਅਰ ਨੇ ਵਾਪਸ ਇਹਨਾਂ ਨੂੰ ਐਮਰਜੈਂਸੀ ਰੂਮ ਬਣਾਇਆ ਜਾਏਗਾ ਦੈਟਸ ਵਾਟ ਹੈਜ਼ ਬੀਨ ਸੈਡ ਇਨ ਦ ਮੀਡੀਆ ਬਾਈ ਆਵਰ ਲੀਡਰਸ ਤੇ ਨਾਲ ਹੀ ਨਾਲ ਜਿਹੜਾ ਇੱਕ ਹੋਰ ਟੌਪਿਕ ਹੈ ਜਿਹੜਾ ਖਾਸ ਕਰਕੇ ਜਿਹੜਾ ਚੱਲਦਾ ਪਿਆ ਕਰਾਊਨ ਕਾਰਪੋਰੇਸ਼ਨ ਦੇ ਇੰਪਲੋਈਜ਼ ਨੇ ਉਹਨਾਂ ਦੇ ਵੇਜਿਸ ਨੂੰ ਫਰੀਜ਼ ਕਰ ਦਿੱਤਾ ਗਿਆ ਜੀ ਦੇਰ ਵੋਂਟ ਬੀ ਐਨੀ ਮੋਰ ਇੰਕਰੀਮੈਂਟਸ ਇਨ ਟੂ ਇਟ ਇਨਫਲੇਸ਼ਨ ਨੂੰ ਵੀ ਚਾਹੇ ਮੱਦੇਨਜ਼ਰ ਰੱਖ ਲਓ ਚਾਹੇ ਉੱਦਾਂ ਰੱਖ ਲਓ ਵਟ ਇਜ਼ NDP'ਸ ਟੇਕ ਔਨ ਦੈਟ ਬਿਕੋਜ਼ NDP ਇਜ਼ ਕੰਸਿਡਰਡ ਟੂ ਬੀ ਵਟ ਆਈ ਥਿੰਕ ਇਜ਼ ਦ ਪਾਰਟੀ ਆਫ ਦ ਵਰਕਿੰਗ ਕਲਾਸ ਪੀਪਲ ਜੀ ਸੋ ਵਟ ਆਰ ਦੇ ਗੋਇੰਗ ਟੂ ਡੂ ਅਬਾਊਟ ਦੈਟ ਆਰ ਦੇ ਗੋਇੰਗ ਟੂ ਡੀਫਰੀਜ਼ ਦ ਵੇਜਿਸ ਔਰ ਵਟ ਇਜ਼ ਯੋਰ ਟੇਕ ਔਰ ਦੀ NDP'ਸ ਟੇਕ ਔਨ ਦਿਸ ਥਿੰਗ ਦੇਖੋ ਮੇਰਾ ਜਿਹੜਾ ਪਰਸਨਲ ਮੈਂ ਪਾਰਟੀ ਦੀ ਫਿਲੋਸਫੀ ਬਾਰੇ ਗੱਲ ਕਰੂੰਗਾ ਹੈ ਨਾ ਕਿਉਂਕਿ ਮੈਂ ਕਿਸੇ ਪਰਟੀਕੁਲਰ ਨਾ ਮੈਂ ਕਿਸੇ ਡਿਪਾਰਟਮੈਂਟ ਦਾ ਇੰਚਾਰਜ ਹਾਂ ਨਾ ਮੈਂ ਡੀਪ ਇਨਸਾਈਡ ਕਿਸੇ ਖਾਸ ਮੁੱਦੇ ਦੀ ਚੀਰ ਫਾੜ ਕੀਤੀ ਆ ਹੁਣ ਤੱਕ ਨਾ ਬੀਇੰਗ ਨਿਊ ਪਰ ਇਸ਼ੂ ਇਹ ਹੈ ਕਿ ਜਿਹੜੀ ਲੋਕਾਂ ਦੀ ਫੀਲਿੰਗ ਹੈ ਜਿਹੜੀ ਇੱਕ ਲੋਕਾਂ ਦੀ ਫੀਲਿੰਗ ਹੈ ਇੱਕ ਕੱਟ ਲਾਉਣ ਵਾਲੀ ਠੀਕ ਹੈ ਕਈ ਪਾਰਟੀਜ਼ ਕਰਦੀਆਂ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਕਰਤੀ ਵੀ ਆਹ ਚੀਜ਼ ਆ ਕੋਈ ਇੰਸ਼ੋਰੈਂਸ ਕੋਈ ਸਰਕਾਰੀ ਇੰਸ਼ੋਰੈਂਸ ਹੈ ਸਰਕਾਰੀ ਸਕੂਲ ਹੈ ਵੀ ਇੱਥੇ ਆਹ ਪ੍ਰਾਈਵੇਟ ਯੂਨੀਵਰਸਿਟੀ ਖੜ੍ਹੀ ਕਰਤੀ ਪ੍ਰਾਈਵੇਟ ਸਕੂਲ ਖੜ੍ਹੇ ਕਰਤੇ ਇਨਫਰਾਸਟ੍ਰਕਚਰ ਉਵੇਂ ਵੀ ਡਿਵੈਲਪ ਹੁੰਦਾ ਪਰ ਇੱਕ ਪਾਰਟੀ ਦੀ ਫਿਲੋਸਫੀ ਇਹ ਹੁੰਦੀ ਹੈ ਦੂਸਰੀ ਪਾਰਟੀ ਦੀ ਫਿਲੋਸਫੀ ਇਹ ਨਹੀਂ ਹੁੰਦੀ ਕਿ ਸਰਕਾਰੀ ਸੇਵਾਵਾਂ ਹਰ ਬੰਦੇ ਨੂੰ ਅਫੋਰਡੇਬਲ ਰੇਟ 'ਤੇ ਮਿਲਣ ਸਰਕਾਰੀ ਨੌਕਰੀਆਂ ਹਰ ਬੰਦੇ ਨੂੰ ਇੱਕ ਆਮ ਇਨਸਾਨ ਨੂੰ ਮਿਲਣ ਤਾਂ ਕਿ ਉਹਨਾਂ ਦਾ ਘਰ ਚੱਲੇ ਹੁਣ ਫੈਸਿਲਿਟੀ ਕ੍ਰੀਏਟ ਕਰ ਦੇਣਾ ਅਤੇ ਉਸ ਫੈਸਿਲਿਟੀ ਨੂੰ ਅਫੋਰਡ ਕਰਨਾ ਦੋ ਅੱਡ ਅੱਡ ਚੀਜ਼ਾਂ ਨੇ ਮੈਂ ਇਹ ਜ਼ਰੂਰ ਕਹੂੰਗਾ ਕਿ ਜਿਹੜੀ ਪਾਰਟੀ ਹੁਣ ਇਸ ਵੇਲੇ ਪਾਵਰ ਦੇ ਵਿੱਚ ਹੈਗੀ ਹੈ ਉਹਦੀ ਫਿਲੋਸਫੀ ਸਾਡੀ ਫਿਲੋਸਫੀ ਦੇ ਨਾਲ ਬਿਲਕੁਲ ਮੇਲ ਨਹੀਂ ਖਾਂਦੀ ਕਿਉਂਕਿ ਅਸੀਂ ਆਮ ਲੋਕਾਂ ਦੀ ਗੱਲ ਕਰਦੇ ਹਾਂ ਡੈਮੋਕਰੈਟਸ ਠੀਕ ਹੈ ਨਿਊ ਡੈਮੋਕਰੈਟਿਕ ਪਾਰਟੀ ਸੋ NDP ਆਮ ਲੋਕਾਂ ਦੀ ਗੱਲ ਕਰਦੀ ਹੈ ਆਮ ਲੋਕਾਂ ਦੇ ਘਰ ਕਿਵੇਂ ਚੱਲਣੇ ਉਹਨਾਂ ਦਾ ਨੂਣ ਤੇਲ ਕਿਵੇਂ ਚੱਲਣਾ ਇੱਕ ਨੌਕਰੀ ਜਾਂਦੀ ਹੈ ਤਾਂ ਕਿੰਨਾ ਕੁ ਇੰਪੈਕਟ ਪੈਂਦਾ ਸੋ ਵਟ ਡੂ ਯੂ ਸੇ ਕਿ ਫਰੀਜ਼ ਕਰਨਾ ਇਹ ਲੌਂਗ ਟਰਮ ਸਸਟੇਨੇਬਿਲਿਟੀ ਦੀ ਪਲੈਨਿੰਗ ਹੈ ਇਹ PC ਪਾਰਟੀ ਦੀ ਜਾਂ ਫਿਰ ਜਿਹੜਾ ਇਹ ਫੈਸਲਾ ਹੈ ਉਹਨਾਂ ਦਾ ਇਹ ਗਲਤ ਹੈ ਦੇਖੋ ਬਿਕੋਜ਼ ਅ ਲੋਟ ਆਫ ਟਾਈਮਸ ਦੇਅਰ ਰੀਜ਼ਨ ਬਿਹਾਈਂਡ ਇਟ ਇਜ਼ ਲੌਂਗ ਟਰਮ ਸਸਟੇਨੇਬਿਲਿਟੀ ਆਫ ਦੀ ਪਬਲਿਕ ਸਰਵਿਸਿਸ ਜੀ ਰਾਈਟ ਅਤੇ ਜੇ ਆ ਕੇ ਤੁਸੀਂ ਫੈਸਲਾ ਲੈਂਦੇ ਹੋ ਇਸ ਚੀਜ਼ ਦੇ ਖਿਲਾਫ ਤੁਹਾਡੇ ਵੀ ਕੋਈ ਨਾ ਕੋਈ ਰੀਜ਼ਨਿੰਗ ਹੋਏਗੀ ਇਹਦੇ ਪਿੱਛੇ ਜੀ ਦੇਖੋ ਪਹਿਲੀ ਤਾਂ ਗੱਲ ਜਦੋਂ ਵੀ ਤੁਸੀਂ ਕੋਈ ਫੈਸਲਾ ਲੈਂਦੇ ਹੋ ਨਾ ਤਾਂ ਇਹ ਗੱਲ ਸਮਝਣ ਦੀ ਲੋੜ ਹੈ ਸਾਨੂੰ ਸਾਰਿਆਂ ਨੂੰ ਕਿ ਫੈਸਲਾ ਇੱਕ
ਕਿੰਗ ਲੈਂਦਾ ਅਤੇ ਇੱਕ ਜਿਹੜਾ ਚੁਣਿਆ ਹੋਇਆ ਰੈਪਰਜੈਂਟੇਟਿਵ ਲੈਂਦਾ, ਉਹਨਾਂ ਦੇ ਵਿੱਚ ਫਰਕ ਆ। ਕਈ ਚੁਣੇ ਹੋਏ ਰੈਪਰਜੈਂਟੇਟਿਵ ਵੀ ਕਿੰਗਸ ਵਾਂਗੂ ਫੈਸਲਾ ਲੈਂਦੇ ਹਨ ਵੀ ਯਾਰ ਫਰਮਾਨ ਹੋ ਗਿਆ। ਪਰ ਆਈ ਕੈਨ ਮੇਕ ਸ਼ੋਰ ਥਰੂ ਦਿਸ ਚੈਨਲ ਕਿ ਜਿਹੜੀ ਜਿਹੜਾ ਸਾਡਾ ਵੀ ਸਾਡਾ ਕੋਈ ਵੀ ਫੈਸਲਾ ਹੋਊਗਾ ਉਹ ਲੋਕਾਂ ਦੀ ਆਵਾਜ਼ ਹੋਊਗਾ, ਉਹ ਉਹਦੇ 'ਤੇ ਬੇਸਡ ਹੋਊਗਾ ਕਿ ਇਹ ਲੋਕ ਇਹਨਾਂ ਚੀਜ਼ਾਂ ਬਾਰੇ ਕੀ ਮਹਿਸੂਸ ਕਰਦੇ ਆ। ਜਦੋਂ ਅਸੀਂ ਡੋਰ ਟੂ ਡੋਰ ਜਾਂਦੇ ਹਾਂ, ਅਸੀਂ ਲੋਕਾਂ ਦੇ ਕੋਲ ਜਾਂਦੇ ਹਾਂ, ਲੋਕ ਕਿਵੇਂ ਮਹਿਸੂਸ ਕਰਦੇ ਆ। ਹੁਣ ਜੇ ਅਸੀਂ ਹੈਲਥ ਕੇਅਰ ਦੀ ਗੱਲ ਹੁਣੇ ਕਰਕੇ ਹਟੇ ਹਾਂ ਤਾਂ ਹੈਲਥ ਕੇਅਰ ਦੀ ਗੱਲ ਇਸ ਗੱਲ ਕਰਕੇ ਉਹ ਫੈਸਲਾ ਮਾੜਾ ਨਹੀਂ ਗਾ ਕਿ ਦਿਲਜੀਤ ਪਾਲ ਸਿੰਘ ਨੂੰ ਪਸੰਦ ਨਹੀਂ ਗਾ, ਇਸ ਗੱਲ ਕਰਕੇ ਮਾੜਾ ਹੈ ਕਿ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆ ਕੇ ਉੱਥੇ ਖੜ੍ਹੇ ਨੇ ਅਤੇ ਜਿਹੜੇ ਲੰਘ ਰਿਹਾ ਹਰੇਕ ਬੰਦਾ ਹੌਂਕ ਕਰਕੇ ਲੰਘ ਰਿਹਾ ਅਤੇ ਕਹਿ ਰਿਹਾ ਵੀ ਮੈਂ ਤੁਹਾਡੇ ਨਾਲ। ਜੇ ਅਸੀਂ ਉੱਥੇ ਜਾਂਦੇ ਹਾਂ ਉੱਥੇ ਬੰਦੇ ਹੀ 3:30 ਆਉਂਦੇ ਆ ਅਤੇ ਉੱਥੇ ਜਿਹੜਾ ਬੰਦਾ ਲੰਘਦਾ ਉਹ ਕਹਿੰਦਾ ਯਾਰ ਤੁਸੀਂ ਟ੍ਰੈਫਿਕ ਬਲੋਕ ਕੀਤਾ, ਕੀ ਨੌਨਸੈਂਸ ਹੈ ਵੀ ਸਾਨੂੰ ਤਾਂ ਵਧੀਆ ਬੰਦ ਹੋ ਗਿਆ ਤਾਂ। ਸੋ ਤੁਹਾਨੂੰ ਇਹ ਦੇਖਣਾ ਪੈਂਦਾ ਕਿ ਪਬਲਿਕ ਕੀ ਕਹਿ ਰਹੀ ਹੈ ਜੀ। ਸੋ ਇਟ ਵੁੱਡ ਬੀ ਅਕੋਰਡਿੰਗਲੀ। ਅਤੇ ਇੱਕ ਹੋਰ ਜਿਹੜਾ ਬਹੁਤ ਵੱਡਾ ਮੁੱਦਾ ਇਲੈਕਸ਼ਨ ਦੇ ਲਾਗੇ ਆ ਕੇ ਜੀ ਪੀ ਸੀ ਪਾਰਟੀ ਨੇ, ਪ੍ਰੋਵਿੰਸ਼ੀਅਲ ਗਵਰਨਮੈਂਟ ਨੇ, ਆਈ ਵੁੱਡ ਸੇ ਪੀ ਐੱਸ ਟੀ ਨੂੰ 8% ਤੋਂ 7% 'ਤੇ ਕਰਤਾ ਜੀ। ਵਟ ਇਜ਼ ਐੱਨ ਡੀ ਪੀ ਸਟੇਕ ਔਨ ਦਿਸ ਡਿਸੀਜ਼ਨ? ਇਜ਼ ਦਿਸ ਡਿਸੀਜ਼ਨ ਰਾਈਟ? ਕਿਉਂਕਿ ਇਹ ਜਿਹੜਾ ਡਿਸੀਜ਼ਨ ਹੈ, ਅਫਕੋਰਸ ਜਿੱਦਾਂ ਤੁਸੀਂ ਗੱਲ ਕੀਤੀ ਕਿ ਆਮ ਲੋਕਾਂ ਨੂੰ ਫਾਇਦਾ ਪਹੁੰਚਣਾ ਚਾਹੀਦਾ, ਸੋ ਇੱਕ ਤਰੀਕੇ ਦੇ ਨਾਲ ਆਮ ਲੋਕਾਂ ਨੂੰ ਫਾਇਦਾ ਤਾਂ ਇਹ ਪਹੁੰਚਿਆ 1%, ਬਟ ਦੈਨ ਅਗੇਨ ਦੇਰ ਇਜ਼ ਅ ਡੈਫੀਸਿਟ ਆਫ ਅਬਾਊਟ, ਅੰਦਾਜ਼ਾ ਜਿੰਨਾ ਲਾ ਰਿਹਾ ਹੈ ਕਿ ਹਾਂ $325 million ਡੈਫੀਸਿਟ ਹੋਏਗਾ ਪਰ ਈਅਰ ਇਹਦੇ ਨਾਲ। ਸੋ ਉਹ ਕਿਤੇ ਨਾ ਕਿਤੇ ਉਹਦਾ ਉਹਨੂੰ ਪੂਰਾ ਕਰਨਾ ਹੀ ਪਏਗਾ ਡੈਫੀਸਿਟ ਨੂੰ, ਹੈ ਨਾ, ਘਾਟੇ ਨੂੰ ਜਿਹੜਾ ਹੈਗਾ। ਇਹਦੇ ਬਾਰੇ ਕੀ ਐੱਨ ਡੀ ਪੀ ਇਹਦੀ ਕੀ ਪੋਲਿਸੀ ਕੀ ਲੈ ਕੇ ਚੱਲੋਗੇ ਤੁਸੀਂ, ਕੀ ਟੇਕ ਹੈ ਇਸ ਇਸ਼ੂ ਦੇ ਉੱਤੇ? ਫਸਟ ਆਫ ਆਲ ਇਹ ਡਿਸੀਜਨ ਠੀਕ ਸੀ ਕਿ ਨਹੀਂ, ਅਤੇ ਜੇ ਇਹ ਡਿਸੀਜਨ ਜੋ ਵੀ ਤੁਹਾਡਾ ਇਹ 'ਤੇ ਟੇਕ ਹੈ ਸਹੀ ਆ ਜਾਂ ਨਹੀਂ ਹੈ, ਅਤੇ ਜਦੋਂ ਜੇ ਐੱਨ ਡੀ ਪੀ ਦੀ ਗਵਰਨਮੈਂਟ ਆਉਂਦੀ ਆ ਤਾਂ ਇਹਦੇ ਵਿੱਚ ਕੀ ਚੇਂਜਸ ਹੋਣਗੀਆਂ ਜਾਂ ਫਿਰ ਇੱਦਾਂ ਹੀ ਰੱਖਿਆ ਜਾਏ? ਦੇਖੋ ਇਸ਼ੂ ਇਹ ਹੁੰਦਾ ਕਿ ਜਦੋਂ ਇਹਨੂੰ ਮੈਂ ਤੁਹਾਨੂੰ ਦੇਸੀ ਸ਼ਬਦਾਂ ਦੇ ਵਿੱਚ ਸਮਝਾਉਣਾ ਵੀ ਲੋਲੀਪੋਪ ਦਿੰਦੇ ਨਾ ਆਪਾਂ ਕਿਸੇ ਨੂੰ ਵੀ ਆਪਾਂ ਜਿੱਥੋਂ ਆਏ ਹਾਂ ਵੀਰ ਇਉਂ ਕਰਦੇ ਹਾਂ ਵੀ ਬਿਜਲੀ ਮਾਫ਼, ਝੋਨਾ ਲਾ ਦਿਓ, ਮੋਟਰ ਦੱਬੀ ਤੁਰੇ ਚੱਲੋ, ਪਾਣੀ ਹੈ ਕਿਹੜਾ ਤੁਹਾਡਾ ਨਹੀਂ ਮੇਰਾ ਨਹੀਂ, ਬਾਬੇ ਦਾ ਥੱਲਿਓਂ ਕੱਢੀ ਚੱਲੋ। ਪਰ ਉਹ ਕਿਸੇ ਕੋਸਟ 'ਤੇ ਆਉਂਦਾ ਨਾ, ਕਿਸੇ ਕੋਸਟ 'ਤੇ ਆਉਂਦਾ। ਜੇ ਤੁਸੀਂ ਕਹਿੰਦੇ ਵੀ ਆਹ ਚੀਜ਼ ਅਸੀਂ 1% ਘਟਾ ਦਿੱਤੀ, ਸਾਨੂੰ ਪਲੀਜ਼ਿੰਗ ਲੱਗਦਾ ਵੀ ਸਾਡਾ ਯਾਰ ਮੈਂ ਪਿਛਲੀ ਵਾਰੀ $1900 ਟੈਕਸ ਦਿੱਤਾ ਸੀ, ਐਤਕੀ ਤਾਂ ਮੇਰਾ $1750 ਬਚ ਗਿਆ। ਉਹ ਕਿਸੇ ਨਾ ਕਿਸੇ ਕੋਸਟ 'ਤੇ ਬਚਦਾ, ਹੈ ਨਾ। ਨਾਲ ਦੀ ਨਾਲ ਤੁਸੀਂ ਡਿਸੀਜਨ ਇਹ ਲੈ ਰਹੇ ਹੋ, ਜੇ ਮੈਂ ਅਗੇਨ ਫਿਰ ਹੈਲਥ ਦੀ ਗੱਲ ਕਰਦਾ ਜੋ ਸਾਰਾ ਕੁਛ ਕਰਦਾ, ਠੀਕ ਹੈ। ਦੂਸਰੇ ਪਾਸੇ ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਕੰਸਲਟੈਂਟ ਹਾਇਰ ਕੀਤਾ ਸੀਗਾ ਜੀ, ਕੰਸਲਟੈਂਟ ਜਿਹੜੇ ਬੈਠੇ ਆ ਮਿੰਟਾਂ ਦੇ ਹਿਸਾਬ ਨਾਲ ਡਾਲਰ ਲੈਂਦੇ ਆ, ਉਹ ਪੈਸਾ ਸਾਡਾ ਨਹੀਂ। ਜੇ ਮੈਂ ਤੁਹਾਡੀ ਇੱਧਰਲੀ ਜੇਬ 'ਚ $1 ਪਾ ਤਾ ਅਤੇ ਇੱਧਰੋਂ 11 ਕੱਢ ਲਏ, ਮੈਨੂੰ ਇਹ ਦੱਸੋ ਕਿ ਤੁਹਾਨੂੰ ਫਾਇਦਾ ਹੋਇਆ ਕਿ ਨੁਕਸਾਨ ਹੋਇਆ? ਸੋ ਗੱਲ ਇੱਕ ਮੁੱਦੇ ਦੀ ਨਹੀਂ ਹੁੰਦੀ, ਤੁਹਾਨੂੰ ਇਹ ਦੇਖਣਾ ਪੈਣਾ ਹਰ ਸਿਟੀਜ਼ਨ, ਹਰ ਵੋਟਰ, ਹਰ ਰੈਜੀਡੈਂਟ ਉਹ ਇੰਨਾ ਸਿਆਣਾ ਹੈ ਕਿ ਉਹਨੂੰ ਸਮਝ ਆਉਂਦੀ ਹੈ, ਠੀਕ ਹੈ। ਕਿਸੇ ਨੂੰ ਘੱਟ ਸਮਝ ਆਉਂਦੀ ਹੈ, ਕਿਸੇ ਨੂੰ ਵੱਧ ਸਮਝ ਆਉਂਦੀ ਹੈ, ਪਰ ਉਹਨਾਂ ਨੂੰ ਸਮਝ ਆਉਂਦੀ ਹੈ। ਇਟਸ ਦਾ ਵੋਟਰ ਟੂ ਡਿਸਾਈਡ ਕਿ ਡਿਸੀਜਨ ਗਲਤ ਹੈ, ਮੇਰੇ ਕਿਸੇ ਡਿਸੀਜਨ ਗਲਤ ਕਹਿਣ ਨਾਲ ਜਾਂ ਤੁਹਾਡੇ ਗਲਤ ਸਹੀ ਕਹਿਣ ਨਾਲ, ਕਿਉਂਕਿ 100% ਵੋਟ ਇੱਕੋ ਪਾਸੇ ਨਹੀਂ ਪੈਂਦੀ, ਕਈਆਂ ਨੂੰ ਸਹੀ ਲੱਗਦਾ, ਕਈਆਂ ਨੂੰ ਗਲਤ ਲੱਗਦਾ ਜੀ, ਠੀਕ ਹੈ। ਪਰ ਸਾਨੂੰ ਇਉਂ ਲੱਗਦਾ ਵੀ ਇਹ ਲੋਲੀਪੌਪ ਹੈ, ਅਤੇ ਜੇ ਪਲੀਜ਼ ਕਰਨ ਵਾਲੀ ਆਈ ਅੰਡਰਸਟੈਂਡ ਦੈਟ, ਕਿਉਂਕਿ ਬਿਲਕੁਲ ਇਲੈਕਸ਼ਨਾਂ ਦੇ ਕੋਲ ਆ ਰਿਹਾ। ਹਾਂ, ਬਹੁਤਿਆਂ ਲੋਕਾਂ ਦੀ ਇਹੀ ਨੋਸ਼ਨ ਹੋਏਗੀ, ਬਟ ਦੈਨ ਅਗੇਨ ਜੇ ਐੱਨ ਡੀ ਪੀ ਪਾਵਰ 'ਚ ਆਉਂਦੀ ਹੈ, ਤੁਸੀਂ ਇੱਦਾਂ ਹੀ ਸਸਟੇਨ ਇਸ ਨੂੰ ਚੀਜ਼ ਨੂੰ ਕਰੋਗੇ ਜਾਂ ਫਿਰ ਬ੍ਰਿੰਗ ਬੈਕ ਕਰ ਲਉਂਗੇ 8% ਦੇ ਉੱਤੇ ਰਾਦਰ ਦੈਨ 7%? ਦੇਖੋ ਕੋਈ ਆਪਾਂ ਮੈਂ ਇਉਂ ਨਹੀਂ ਬਿਆਨ ਕਰ ਸਕਦਾ ਵੀ 8% ਹੋਊ, 7.5 ਹੋਊਗਾ, 9.25 ਹੋਊਗਾ, ਉਹ ਤਾਂ ਟਾਈਮ ਵਿਲ ਟੈਲ, ਹੈ ਨਾ। ਪਰ ਇਹ ਜ਼ਰੂਰ ਆ ਵੁਲ ਮੇਕ ਸ਼ੋਰ ਕਿ ਲੋਕਾਂ ਨੂੰ ਜਿਹੜੇ ਸਾਡੇ ਡਿਸੀਜਨ ਹੋਣਗੇ ਲੋਕਾਂ ਨੂੰ ਤਕਲੀਫ ਉਹਦੀ ਨਾ ਹੋਵੇ, ਲੋਕਾਂ ਦੀ ਜੇਬ ਨਾ ਕੱਟੀ ਜਾਵੇ, ਠੀਕ ਹੈ, ਭਾਵੇਂ ਲੱਗਦੀ ਹੋਵੇ। ਕਿਉਂਕਿ ਜੇ ਘਰ ਚਲਾਉਣਾ, ਦੇਖੋ ਲਾਣੇਦਾਰ ਨੇ ਘਰ ਚਲਾਉਣਾ ਤਾਂ ਚਾਚੇ ਤਾਏ ਭਤੀਜੇ ਸਾਰੇ ਇਕੱਠੇ ਰਹਿੰਦੇ ਆ, ਤਾਂ ਉਹਨੇ ਫਿਰ ਉਹ ਲਾਉਣਾ ਹੀ ਹੁੰਦਾ ਯਾਰ ਤੁਸੀਂ ਐਂ ਕਰੋ ਵੀ ਆਹ ਚੀਜ਼ ਲਿਆਉਣੀ ਹੈ $200 ਕੱਢੋ। ਤਾਂ ਫਿਰ ਹੁਣ ਜੇ ਤੁਸੀਂ ਰਹਿਣਾ ਹੈ ਕਿਤੇ ਰਹਿਣਾ ਹੈ, ਸਸਟੇਨ ਕਰਨਾ, ਚੀਜ਼ਾਂ ਖਰੀਦਣੀਆਂ, ਫੈਸਿਲਿਟੀਜ਼ ਦੇਣੀਆਂ, ਤਾਂ ਯੂ ਹੈਵ ਟੂ ਕੰਟਰੀਬਿਊਟ, ਹੈ ਨਾ। ਪਰ ਉਹ ਕਿੰਨਾ ਕਰਨਾ ਜੇ ਉਹਨਾਂ ਨੂੰ ਕੋਈ ਇੰਨੀ ਹਜ਼ਾਰ ਕੱਢੋ, ਕਹਿਣਗੇ ਯਾਰ ਅਸੀਂ ਹੱਥ ਨੇ ਰੋਟੀ ਖਾਣੀ ਹੈ, ਤੂੰ ਮੋਟਰਸਾਈਕਲ ਲਿਆਉਣ ਕਹਿੰਦਾ। ਸੋ ਉਹ ਚੀਜ਼ਾਂ ਯੂ ਹੈਵ ਟੂ ਬੈਲੈਂਸ ਦਾ ਥਿੰਗਸ। ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਪ੍ਰੋਗਰਾਮ ਇਲੈਕਸ਼ਨ ਸਪੈਸ਼ਲ ਦੇ ਤਹਿਤ ਐੱਨ ਡੀ ਪੀ ਪਾਰਟੀ ਦੇ ਬਰੋਜ਼ ਕੌਂਸਟੀਟੂਐਂਸੀ ਤੋਂ ਉਮੀਦਵਾਰ ਬਾਈ ਦਲਜੀਤ ਬਰਾੜ ਹੋਣਾਂ ਦੇ ਨਾਲ। ਵੇਲਾ ਹੈ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਇਲੈਕਸ਼ਨ ਸਪੈਸ਼ਲ ਦੇ ਵਿੱਚ। ਅੱਜ ਦੇ ਇਸ ਇਲੈਕਸ਼ਨ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਬਾਈ ਦਲਜੀਤ ਬਰਾੜ ਉਹਨਾਂ ਦੇ ਨਾਲ ਜਿਹੜੇ ਨੇ ਐਨਡੀਪੀ ਪਾਰਟੀ ਦੇ ਬਰੋਜ ਕੰਸਟੀਟੂਐਂਸੀ ਤੋਂ ਉਮੀਦਵਾਰ। ਬਾਈ ਜੀ, ਤੁਸੀਂ ਐਜੂਕੇਸ਼ਨ ਫੀਲਡ ਦੇ ਨਾਲ ਸੰਬੰਧਿਤ ਹੋ ਜੀ, ਜੇ ਗੱਲਬਾਤ ਕਰੀਏ ਐਜੂਕੇਸ਼ਨ ਬਾਰੇ, ਯੂਨੀਵਰਸਿਟੀ ਦੀਆਂ ਜਿੰਨਾ ਕੁ ਸਾਨੂੰ ਪਤਾ ਹੈ ਫੀਸਾਂ ਜਿਹੜੀਆਂ ਨੇ ਹਰ ਸਾਲ ਤਕਰੀਬਨ 5% ਵਧਦੀਆਂ ਜਾ ਰਹੀਆਂ ਨੇ। Is it conducive for the higher education of the kids? Dekho, main tonu ek gal dassa, main being a university professor in the past, jinniyan research organizations chaldiyan ne oh feesan de sir te nahi chal sakdiyan. Research da budget inna hunda hai, it has to be funded by the governments. ਜੇ ਤਾਂ ਹੋਵੇ ਨਾ ਵੀ ਤੁਸੀਂ ਕੋਈ ਮਤਲਬ ਜਿਵੇਂ ਕਹਿੰਦੇ ਇੱਕ ਟੀਚਿੰਗ ਇੰਸਟੀਟਿਊਸ਼ਨ ਆ ਵੀ ਤੁਸੀਂ ਅਸੀਂ ਤੁਹਾਨੂੰ ਇੱਥੇ ਕਲਾਸਾਂ ਲਾ ਕੇ ਆ ਪੜ੍ਹਾ ਦੇਣਾ ਅਤੇ ਤੁਸੀਂ ਚਲੇ ਜਾਓ। ਸਾਨੂੰ ਇਹ ਮੇਕ ਸ਼ੋਰ ਕਰਨਾ ਪੈਣਾ ਕਿ ਸਾਡੇ ਕੋਲ ਇਨਫ ਫੰਡਿੰਗ ਵੱਖਰੇ ਵੱਖਰੇ ਰਿਸੋਰਸਿਸ ਤੋਂ, ਸਾਡੀ ਬਜਟਿੰਗ ਪਲੈਨਿੰਗ ਤੋਂ ਹੈਗੀ ਹੈ ਕਿ ਸਾਡੇ ਰੀਸਰਚ ਇੰਸਟੀਟਿਊਸ਼ਨਸ ਉਹ ਆਪਣੀ ਗਵਰਨਮੈਂਟ ਫੰਡਿੰਗ ਦੇ ਨਾਲ ਚੱਲ ਰਹੇ ਆ, ਲੋਕਾਂ 'ਤੇ ਬੋਝ ਨਹੀਂ ਪੈਂਦਾ। ਕਿਉਂਕਿ ਨੌਲੇਜ ਕਿੱਥੋਂ ਜਨਰੇਟ ਹੁੰਦੀ ਹੈ? ਜਿੰਨੇ ਇੰਟਲੈਕਟ ਲੋਕ ਉੱਥੇ ਬੈਠੇ ਨੇ, ਇੰਟਲੈਕਚੁਅਲਸ ਜਿੰਨੇ ਪ੍ਰੋਫੈਸਰ ਰਿਸਰਚਰਸ ਸਾਰੇ ਬੈਠੇ ਨੇ ਨਾ, ਦੇ ਆਰ ਬੇਸਿਕਲੀ ਨੌਲੇਜ ਜਨਰੇਟਰਸ ਜੀ। ਥਾਂ ਥਾਂ 'ਤੇ ਜਾ ਕੇ ਡੇਟਾ, ਭਾਵੇਂ ਉਹ ਫਸਲਾਂ ਦੇ ਵਿੱਚ ਸਾਡੇ ਐਗਰੀਕਲਚਰ ਦੇ ਵਿੱਚ ਹੁੰਦਾ, ਭਾਵੇਂ ਉਹ ਹੈਲਥ ਦੇ ਵਿੱਚ ਹੁੰਦਾ, ਸਪੋਰਟਸ ਦੇ ਵਿੱਚ ਹੁੰਦਾ, ਡੇਟਾ, ਥੀਸਿਸ, ਬੁੱਕਸ, ਉਹ ਨੌਲੇਜ ਜਨਰੇਟ ਕਰਦੇ ਆ। ਪਹਿਲਾਂ ਜਨਰੇਟ ਕਰਦੇ ਆ, ਫਿਰ ਜਨਰੇਟ ਕਰਨ ਤੋਂ ਬਾਅਦ ਨੌਲੇਜ ਡਿਸੈਮੀਨੇਸ਼ਨ ਹੁੰਦੀ ਹੈ, ਠੀਕ ਹੈ, ਨੌਲੇਜ ਮੋਬਿਲਾਈਜੇਸ਼ਨ ਹੁੰਦੀ ਹੈ, ਜਿਹਦੇ ਨਾਲ ਕ੍ਰਾਂਤੀ ਆਉਂਦੀ ਹੈ, ਇਹ ਧਰਤੀ ਹੋਰ ਸੋਹਣੀ ਬਣਦੀ ਹੈ, ਲੋਕ ਅਵੇਅਰ ਹੁੰਦੇ ਆ, ਅਗਲੀਆਂ ਜਨਰੇਸ਼ਨਸ ਇਨਲਾਈਟਨ ਹੁੰਦੀਆਂ ਨੇ। ਕਿਉਂਕਿ ਬੈਕਗ੍ਰਾਉਂਡ ਦੇ ਵਿੱਚ ਵੀ ਬਹੁਤ ਕੁਝ ਚੱਲਦਾ ਹੁੰਦਾ ਹੈ, ਅਸੀਂ ਜਿਹੜੀਆਂ ਕਲਾਸਿਸ ਦੇਖਦੇ ਹਾਂ ਜਿਹੜੀ ਯੂਨੀਵਰਸਿਟੀਜ਼ ਦੇ ਵਿੱਚ, ਕਾਲਜਸ ਦੇ ਵਿੱਚ, ਉਹੀ ਸਭ ਕੁਝ ਨਹੀਂ ਹੈ। ਦੈਟਸ ਜਸਟ ਟੀਚਿੰਗ ਜੀ, ਜਿਹੜੀ ਰਿਸਰਚ ਹੁੰਦੀ ਹੈ ਬੈਕਗ੍ਰਾਉਂਡ ਦੇ ਵਿੱਚ ਚੱਲਦੀ ਰਹਿੰਦੀ, ਦੈਟ ਆਲਸੋ ਕਾਸਟ। ਹਾਂਜੀ ਹਾਂਜੀ, ਜਿਹੜੀਆਂ ਐਜੂਕੇਸ਼ਨ ਦੀਆਂ ਪਾਲਿਸੀਜ਼ ਬਣਦੀਆਂ, ਮੰਨ ਲਓ ਸਕੂਲਾਂ ਦੇ ਵਿੱਚ ਬਣਦੀਆਂ ਜੀ, ਕਿ ਜਿਹੜਾ ਬੱਚਾ 3.5 ਸਾਲ ਦਾ ਉਹਦੇ 'ਤੇ ਕਿਹੜੇ ਐਜੂਕੇਸ਼ਨਲ ਮੈਥਡ ਚਾਹੀਦੇ ਆ, ਜਿਹੜਾ ਬੱਚਾ 18 ਸਾਲਾਂ ਦਾ ਉਹਦੇ 'ਤੇ ਕਿਹੜੇ ਚਾਹੀਦੇ ਆ, ਜੇ ਸਪੋਰਟਸ ਸਾਇੰਸ ਹੈ ਉਹਦੇ 'ਚ ਕਿਹੜੇ ਐਜੂਕੇਸ਼ਨਲ ਮੈਥਡ ਚਾਹੀਦੇ ਆ, ਠੀਕ ਹੈ, ਉਹ ਸਾਰੀਆਂ ਚੀਜ਼ਾਂ ਰਿਸਰਚ ਨਾਲ ਹੁੰਦੀਆਂ ਅਤੇ ਜਿਹਦੇ ਵਿੱਚ ਹਜ਼ਾਰਾਂ ਲੱਖਾਂ ਕਰੋੜ ਡਾਲਰ ਲੱਗਦੇ ਨੇ। ਸੋ ਮੈਨੂੰ ਪਰਸਨਲੀ ਇਹ ਲੱਗਦਾ ਕਿ ਯਾਰ ਠੀਕ ਹੈ, ਅਸੀਂ ਫੀਸ ਕਿਸੇ ਕੋਰਸ ਦੀ ਫੀਸ ਰੱਖਤੀ, ਇਸ ਕੋਰਸ ਦੀ ਫੀਸ $5,500 ਇੱਕ ਸਮੈਸਟਰ ਦੀ ਹੈ, ਇੱਕ ਕੋਰਸ ਦੀ, ਓਕੇ, ਕੋਰਸ ਦੀ ਫੀਸ ਤਾਂ ਰੱਖਤੀ, ਮੇਰਾ ਬਾਪੂ ਤਾਂ 5600 ਵੀ ਦੇ ਸਕਦਾ, ਇੱਕ ਹੋਰ ਜਵਾਕ ਹੈ ਉਹਦਾ ਯਾਰ 1200 ਵੀ ਨਹੀਂ ਦੇ ਸਕਦਾ, ਹੂ ਵੁੱਡ ਮੇਕ ਸ਼ੋਰ ਕਿ ਉਹ ਜਵਾਕ ਵੀ ਜਾ ਕੇ ਕਿਤੇ ਪੜ੍ਹੇ, ਐਜੂਕੇਸ਼ਨ ਮਿਲ ਸਕੇ। ਸੋ ਸਾਨੂੰ ਇਹ ਚੀਜ਼ ਦੇਖਣੀ ਪੈਣੀ ਹੈ ਕਿ ਸਾਡੇ ਜਿਹੜੇ ਜੂਨੀਅਰ ਬ੍ਰੇਨਸ ਹੈ, ਜਿਹੜੇ ਬੱਚੇ ਪੋਟੈਂਸ਼ੀਅਲ ਹੈ, ਜਿਨ੍ਹਾਂ ਨੇ ਇਸ ਧਰਤੀ ਦਾ ਭਾਰ ਚੱਕਣਾ, ਸੋਸਾਇਟੀ ਦਾ ਭਾਰ ਚੱਕਣਾ, ਯਾਰ ਉਹ ਇਸ ਗੱਲ ਕਰਕੇ ਨਾ ਰਹਿ ਜਾਣ ਯਾਰ ਸਾਡੇ ਤੋਂ ਤਾਂ ਫੀਸ ਹੀ ਨਹੀਂ ਜੁੜੀ, ਕੀ ਪਤਾ ਉਹਨੇ ਆਈਨਸਟਾਈਨ ਬਣਨਾ ਹੋਵੇ, ਹੂ ਵਿਲ ਟੇਕ ਕੇਅਰ ਆਫ ਦੈਟ। ਹਰ ਚੀਜ਼ ਦਾ ਪੈਸਿਆਂ ਦੇ ਵਿੱਚ ਮੁੱਲ ਨਹੀਂ ਪਾ ਸਕਦੇ ਸੀ, ਹਰ ਚੀਜ਼ ਨੂੰ ਅਸੀਂ ਫੈਕਟਰੀ ਨਹੀਂ ਬਣਾ ਸਕਦੇ ਕਿ ਅਸੀਂ ਆਹ ਸਾਡੀ ਯੂਨੀਵਰਸਿਟੀ ਹੈ ਇਹਦੇ 'ਚ ਅਸੀਂ ਇੰਨੇ ਜਵਾਕ ਜਿਹੜੇ ਆ ਗ੍ਰੈਜੂਏਟ ਪ੍ਰੋਡਿਊਸ ਕਰਦੇ, ਦੀਜ਼ ਆਰ ਨੋਟ ਪ੍ਰੋਡਕਸ਼ਨ ਹਾਊਸਿਸ। ਸਾਨੂੰ ਉਹ ਰੈਲੇਟਿਵਲੀ ਦੇਖਣਾ ਪੈਣਾ ਕਿ ਉਹਦੀ ਵੈਲਿਊ ਕੀ ਹੈ, ਵੈਲਿਊ ਨੋਟ ਇਨ ਟਰਮਸ ਆਫ ਮਨੀ, ਵੈਲਿਊ ਇਨ ਟਰਮਸ ਆਫ। ਸੋ ਡੂ ਯੂ ਸੇ ਕਿ ਜਿਹੜਾ ਇਨਕਰੀਜ਼ ਹੈ ਇਹ ਐਜੂਕੇਸ਼ਨ ਦੀ ਸਸਟੇਨੇਬਿਲਿਟੀ ਦੇ ਲਈ ਜ਼ਰੂਰੀ ਹੈ, ਐਜੂਕੇਸ਼ਨ ਸਿਸਟਮ ਦੀ ਲੌਂਗ ਟਰਮ ਸਸਟੇਨੇਬਿਲਿਟੀ ਦੇ ਲਈ ਜ਼ਰੂਰੀ ਹੈ ਜਿਹੜਾ ਇਨਕਰੀਜ਼ ਹੋ ਰਿਹਾ ਜੀ, ਪਰ ਨਾਲ ਹੀ ਨਾਲ ਇਹ ਵੀ ਦੇਖਣਾ ਪਏਗਾ ਕਿ ਹਾਂ ਜਿਹੜਾ ਕੋਈ ਕਾਬਲ ਬੱਚਾ ਜਿਹੜਾ ਪੜ੍ਹਨਾ ਚਾਹੁੰਦਾ ਹੈ ਉਹ ਸਿਰਫ ਫੀਸ ਕਰਕੇ ਪੜ੍ਹਨੋਂ ਨਾ ਰਹਿ ਜਾਏ। ਸੋ ਦੇਰ ਸ਼ੁੱਡ ਬੀ ਅ ਬੈਲੈਂਸਡ ਅਪਰੋਚ। ਦੇਖੋ, ਫੀਸ ਵਧਾਉਣੀ ਮਾੜੀ ਗੱਲ ਨਹੀਂ, ਜਦੋਂ ਮੇਰੇ ਬਾਪੂ ਜੀ ਪੜ੍ਹਦੇ ਸੀ ਉਦੋਂ ਫੀਸ ਘੱਟ ਸੀ ਜੀ, ਜਦੋਂ ਮੈਂ ਪੜ੍ਹਦਾ ਸੀ ਉਦੋਂ ਫੀਸ ਵੱਧ ਸੀ, ਜਦੋਂ ਮੇਰਾ ਮੁੰਡਾ ਜਾਂ ਮੇਰੀ ਕੁੜੀ ਪੜ੍ਹਦੀ ਹੈ ਤਾਂ ਉਦੋਂ ਵੀ ਵੱਧ ਸੀ, ਦੈਟਸ ਓਕੇ। ਹੁਣ 1960 ਵਾਲੀਆਂ ਫੀਸਾਂ ਤਾਂ ਨਹੀਂ ਅੱਜ ਹੋ ਸਕਦੀਆਂ, ਪਰ ਇਉਂ ਨਾ ਵਧਣ ਜੀ, ਉਹ ਤੁਹਾਨੂੰ ਇਹ ਦੇਖਣਾ ਪੈਣਾ। ਅਤੇ ਨਾਲ ਹੀ ਨਾਲ ਜੇ ਆਪਾਂ ਹੁਣ ਯੂਨੀਵਰਸਿਟੀਜ਼ ਕਾਲਜਿਸ ਦੀ ਗੱਲ ਕਰਨ ਤੋਂ ਬਾਅਦ ਅਸੀਂ ਆ ਜਾਈਏ ਹੁਣ ਸਕੂਲ ਲੈਵਲ ਦੇ ਉੱਤੇ ਜੀ, ਜਿਹੜੇ K-12 ਰਿਵਿਊ ਚੱਲ ਰਿਹਾ ਜੀ, ਜਿਹਦੇ ਰਾਹੀਂ ਚਾਹੁੰਦੇ ਨੇ ਉਹ ਕਿ ਜਿਹੜੀਆਂ ਵੱਖਰੀਆਂ ਵੱਖਰੀਆਂ ਸਕੂਲ ਡਿਵੀਜ਼ਨਸ ਇਹਨਾਂ ਨੂੰ ਮੈਲਕਮੇਟ ਕਰ ਦਿੱਤਾ ਜਾਵੇ, ਕੋਸਟ ਸੇਵਿੰਗ ਐਂਡੇਵਰ ਹੈ ਇਹ, ਉਹਦੇ ਬਾਰੇ ਕੀ ਟੇਕ ਹੈ ਤੁਹਾਡਾ ਔਰ NDP ਪਾਰਟੀ ਦਾ? ਦੇਖੋ, ਮੈਨੂੰ ਇੰਨਾ ਕੁ ਜ਼ਰੂਰ ਪਤਾ ਕਿ ਜਿਹੜੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਅੱਜ ਯੂਥ ਕੰਮ ਕਰ ਰਿਹਾ, ਕੋਈ 20-22-25 ਸਾਲਾਂ ਦੇ ਮੁੰਡੇ ਕੁੜੀਆਂ ਕੰਮ ਕਰ ਰਿਹਾ, ਜਿਨ੍ਹਾਂ ਨੂੰ ਮੈਂ ਆਪਦੀ ਕੰਪੇਨ ਦੇ ਦੌਰਾਨ ਮਿਲਿਆ ਕਿਸੇ ਕੌਫੀ ਮੀਟਿੰਗ 'ਤੇ ਮਿਲਿਆ, ਉਹ ਸਾਰੇ ਡਰੇ ਹੋਏ ਨੇ। ਜਿਹੜਾ ਟੈਰਰ ਦਾ ਮਾਹੌਲ ਹੈ ਨਾ,
ਉਹ ਮਾੜਾ ਹੈ, ਟੈਰਰ ਦਾ ਮਾਹੌਲ ਮਾੜਾ ਇਉਂ ਹੈ ਵੀ ਕੱਲ੍ਹ ਨੂੰ ਤੁਸੀਂ ਜਾ ਕੇ ਆਪਦੇ ਡੈਸਕ 'ਤੇ ਜਾਣਾ ਅਤੇ ਉੱਥੇ ਐਂ ਨਾ ਲਿਖਿਆ ਪਿਆ ਹੋਵੇ ਯਾਰ ਵੀ ਕੱਲ੍ਹ ਨੂੰ ਨਾ ਆਈ। ਠੀਕ ਹੈ, ਹੁਣ ਦੇਖੋ ਕੱਟਸ ਲੱਗਦੇ ਆ, ਗਵਰਨਮੈਂਟ ਨੇ ਫੈਸਲੇ ਲੈਣੇ ਆ, ਉਹਦੇ 'ਚ ਕਿਸੇ ਦੀ ਜੋਬ ਜਾ ਵੀ ਸਕਦੀ ਹੈ, ਮਿਲ ਵੀ ਸਕਦੀ ਹੈ, ਪਰ ਜਦੋਂ ਮੈਸੇਜ ਇਹ ਜਾਂਦਾ ਹਰ ਬੰਦਾ ਯਾਰ ਵੀ ਮੈਂ ਗਿਆ ਕੇ ਗਿਆ, ਜੇ ਉਹ ਮੈਸੇਜ ਇੰਨਾ ਸਟਰੋਂਗ ਹੈ ਤਾਂ ਦੇਅਰ ਇਜ਼ ਸਮਥਿੰਗ ਰੋਂਗ। ਬੜੀਆਂ ਅਮੈਲਗਮੇਸ਼ਨਸ ਹੁੰਦੀਆਂ ਨੇ, ਮਿਊਂਸਪੈਲਿਟੀਜ਼ ਦੀਆਂ ਹੁੰਦੀਆਂ ਨੇ, ਕੋਈ ਕੋਈ ਇੰਸਟੀਚਿਊਟ ਹੈ ਜਿਹੜਾ ਉਹ ਪ੍ਰੋਡਕਟਿਵ ਨਹੀਂ ਰਿਹਾ, ਸਾਨੂੰ ਫੈਸਲਾ ਲੈਣਾ ਪੈਂਦਾ, ਇੱਕ ਡਿਪਾਰਟਮੈਂਟ ਆ ਉਹ ਪ੍ਰੋਡਕਟਿਵ ਨਹੀਂ ਰਿਹਾ, ਦੋ ਡਿਪਾਰਟਮੈਂਟਾਂ ਨੂੰ ਮਰਜ ਕਰਤਾ, ਕਰਨਾ ਪੈਂਦਾ ਜਿੱਥੇ ਜਿਹੜੀ ਟੂਟੀ ਚਾਹੁੰਦੀ ਹੈ ਉਹਨੂੰ ਕੱਸਣਾ ਪੈਂਦਾ, ਹੈ ਨਾ। ਜੇ ਆਪਾਂ ਬਿਨਾਂ ਕਿਸੇ ਗੱਲ ਤੋਂ ਕਹਿ ਦਈਏ ਯਾਰ ਵੀ ਟੂਟੀਆਂ ਬਦਲ ਦਿਓ ਸਾਰੀਆਂ, ਤਾਂ ਉਹ ਫਿਰ ਕਿਸੇ ਕੋਸਟ 'ਤੇ ਆ ਨਾ, ਖਰਚਾ ਹੋ ਰਿਹਾ ਨਾ। ਵੈਲ ਚੇਂਜ ਸ਼ੁੱਡ ਬੀ ਫਾਰ ਸਮਥਿੰਗ ਬੈਟਰ, ਮਤਲਬ ਉਹਦੀ ਕੋਈ ਜਸਟੀਫਿਕੇਸ਼ਨ ਜੀ, ਆਈ ਅੰਡਰਸਟੈਂਡ ਦੈਟ, ਬਟ ਜਿੱਦਾਂ ਓਨਟੈਰੀਓ ਦੇ ਵਿੱਚ ਇੱਕੋ ਸਕੂਲ ਡਿਵੀਜ਼ਨ ਹੈ ਸਾਰੇ ਓਨਟੈਰੀਓ ਨੂੰ ਗਵਰਨ ਕਰਦੀ ਹੈ, ਜੀ 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 ਜੀ, ਜੇ ਤੁਸੀਂ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਇਸ ਫੈਸਲੇ ਦੇ ਹੱਕ ਵਿੱਚ ਹੋਵੋਗੇ ਕਿ ਖਿਲਾਫ ਹੋਵੋਗੇ ਕਿ ਅਮੈਲਗਮੇਸ਼ਨ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ, ਕਿਉਂਕਿ ਹਰੇਕ ਚੀਜ਼ ਦੇ ਪ੍ਰੋਜ਼ ਵੀ ਹੁੰਦੇ ਨੇ, ਕੌਨਸ ਵੀ ਹੁੰਦੇ ਨੇ, ਲਾਭ ਵੀ ਹੁੰਦੇ ਨੇ, ਹਾਨੀਆਂ ਵੀ ਹੁੰਦੇ ਨੇ। ਐਨਡੀਪੀ ਪਾਰਟੀ ਕਿਹੜਾ ਪਾਸਾ ਚੁਣੇਗੀ? ਦੇਖੋ, ਅਸੀਂ ਜਿਹੜਾ ਵੀ ਡਿਸੀਜਨ ਲਵਾਂਗੇ, ਅਸੀਂ ਇਹ ਡਿਸੀਜਨ ਲਵਾਂਗੇ ਕਿ ਜਿਹੜੀਆਂ ਮੈਜੋਰਿਟੀਜ਼ ਮਿਡਲ ਕਲਾਸ ਸਫ਼ਰ ਨਾ ਕਰੇ ਜੀ, ਸਫ਼ਰ ਨਾ ਕਰੇ, ਕਿਉਂਕਿ ਅਗੇਨ ਜਿਹੜੀ ਮੈਂ ਤੁਹਾਨੂੰ ਹੁਣੇ ਗੱਲ ਕਹਿ ਕੇ ਹਟਿਆ ਨਾ, ਹਰ ਚੀਜ਼ ਨੂੰ ਅਸੀਂ ਪੈਸੇ ਦੇ ਨਾਲ ਮੇਜਰ ਨਹੀਂ ਕਰ ਸਕਦੇ। ਜੇ ਅਸੀਂ ਕਹੀਏ ਯਾਰ ਸਾਡੇ ਤਾਂ ਪੈਸੇ ਬਚਦੇ ਹੈ ਨਾ, ਵੀ ਯਾਰ ਪਾਣੀ ਮਹਿੰਗਾ ਹੋ ਗਿਆ, ਰੋਟੀ ਬਹੁਤ ਮਹਿੰਗੀ ਹੈ, ਆਪਾਂ ਯਾਰ ਛੱਡ ਦੋ ਦਿਨ ਖਾਂਦੇ ਹੀ ਨਹੀਂ, ਕਿਸ ਕੋਸਟ 'ਤੇ ਪੈਸੇ ਬਚਾ ਰਹੇ ਹੋ ਤੁਸੀਂ? ਜੇ ਤੁਸੀਂ ਇਸ ਕੋਸਟ 'ਤੇ ਬਚਾ ਰਹੇ ਹੋ ਵੀ ਯਾਰ ਅਸੀਂ ਤਾਂ ਬਜਟ ਬੈਲੈਂਸ ਕਰਨਾ, ਅਤੇ ਯਾਰ ਮੇਰਾ ਜਵਾਕ ਜਦੋਂ 55 ਸਾਲਾਂ ਦਾ ਹੋ ਗਿਆ ਅਤੇ ਉਹ ਕਹੂਗਾ ਜਦੋਂ ਮੈਂ 25 ਸਾਲਾਂ ਦਾ ਸੀ ਉਦੋਂ, ਕਿਉਂਕਿ ਆਹ ਫੈਸਿਲਿਟੀ ਅਵੇਲੇਬਲ ਨਹੀਂ ਸੀ, ਮੈਂ ਅਫੋਰਡ ਨਹੀਂ ਕਰਦਾ ਸੀ ਸਰਕਾਰ ਦੀ ਇਸ ਪਾਲਿਸੀ ਕਰਕੇ, ਮੇਰਾ ਫਿਊਚਰ ਰਹਿ ਗਿਆ, ਕਿੱਡੀ ਵੱਡੀ ਕੋਸਟ ਹੈ। ਬਟ ਦੈਨ ਅਗੇਨ ਦੇ ਗਿਵ ਅ ਰੀਜ਼ਨ, ਉਹ ਇਹ ਰੀਜ਼ਨ ਦਿੰਦੇ ਨੇ ਕਿ ਹਾਂ ਜੇ ਅਲੱਗ ਅਲੱਗ ਜਿਹੜੀਆਂ ਸਕੂਲ ਡਿਵੀਜ਼ਨਸ ਨੇ ਉਹਨਾਂ ਕੋਲ ਅਲੱਗ ਅਲੱਗ ਬਜਟਸ ਨੇ, ਸੋ ਕਈ ਰਿਚਰ ਨੇ ਸਕੂਲ ਡਿਵੀਜ਼ਨਸ ਵੱਡੇ ਲੈਵਲ ਦੀਆਂ ਨੇ, ਕਈ ਸਮਾਲਰ ਨੇ ਜਿਨ੍ਹਾਂ ਕੋਲ ਬਜਟ ਵੀ ਘੱਟ ਨੇ, ਉਹ ਆਪਣੇ ਸਟੂਡੈਂਟਸ ਨੂੰ ਉਨੀਆਂ ਫੈਸਿਲਿਟੀਜ਼ ਪ੍ਰੋਵਾਈਡ ਨਹੀਂ ਕਰ ਸਕਦੇ ਜਿੰਨੀਆਂ ਕਿ ਵੱਡੀਆਂ ਸਕੂਲ ਡਿਵੀਜ਼ਨ ਪ੍ਰੋਵਾਈਡ ਕਰ ਸਕਦੇ। ਸੋ ਜੇ ਅਮੈਲਗਮੇਟ ਹੁੰਦਾ ਹੈ ਤਾਂ ਇਹ ਹੋ ਸਕਦਾ ਯੂਨੀਫਾਰਮਿਟੀ ਆਫ ਫੈਸਿਲਿਟੀਜ਼ ਜਿਹੜੀ ਪ੍ਰੋਵਾਈਡ ਕੀਤੀ ਜਾ ਸਕੇ। ਜਿਹੜੇ ਸਪੈਸ਼ਲਿਸਟ ਟੀਚਰਸ ਨੇ ਇੱਕ ਸਕੂਲ ਡਿਵੀਜ਼ਨ ਦੇ ਵਿੱਚ ਨੇ, ਜੇ ਉਹਨਾਂ ਨੂੰ ਭੇਜਣਾ ਪਿਆ ਜਦੋਂ ਇੱਕੋ ਸਕੂਲ ਡਿਵੀਜ਼ਨ ਹੋ ਗਈ, ਅਲੱਗ ਅਲੱਗ ਸਕੂਲ ਡਿਵੀਜ਼ਨ ਟਰੈਵਲ ਨਹੀਂ ਉਹ ਕਰ ਸਕਦੇ, ਪਰ ਜਦੋਂ ਇੱਕੋ ਸਕੂਲ ਡਿਵੀਜ਼ਨ ਹੋ ਗਈ ਤਾਂ ਇੱਕ ਸਪੈਸ਼ਲਿਸਟ ਟੀਚਰ ਕਿਸੇ ਹੋਰ ਸਕੂਲ ਕਿਸੇ ਹੋਰ ਏਰੀਆ ਦੇ ਸਕੂਲ ਜਾ ਕੇ ਵੀ ਪੜ੍ਹਾ ਸਕਦਾ, ਉੱਥੇ ਦੇ ਬੱਚਿਆਂ ਨੂੰ ਉਹਦਾ ਫਾਇਦਾ ਹੋ ਸਕਦਾ। ਸੋ ਦੇਅਰ ਆਰ ਰੀਜ਼ਨਸ ਇਨ ਸਪੋਰਟ ਆਫ ਦਾ ਡਿਸੀਜਨ ਐਜ਼ ਵੈਲ, ਆਫਕੋਰਸ ਦੇ ਵਿਲ ਬੀ ਰੀਜ਼ਨ ਐਜ਼ ਵੈਲ ਅਗੇਂਸਟ ਦੈਮ। ਰਾਈਟ ਐਂਡ ਰੋਂਗ, ਦੇਖੋ ਰਾਈਟ ਐਂਡ ਰੋਂਗ ਤਾਂ ਹਮੇਸ਼ਾ ਰੈਲੇਟਿਵ ਹੁੰਦਾ, ਕੋਈ ਚੀਜ਼ ਤੁਹਾਨੂੰ ਠੀਕ ਲੱਗਦੀ ਹੈ ਮੈਨੂੰ ਗਲਤ ਲੱਗਦੀ ਹੈ ਨਾ, ਪਰ ਗੱਲ ਇਹ ਆ ਵੀ ਤੁਸੀਂ ਦੇਖੋ ਬੜੇ ਫੈਕਟਰ ਹੁੰਦੇ ਆ ਕਿ ਨੰਬਰ ਆਫ ਫੈਮਿਲੀਜ਼ ਕਿੰਨੀਆਂ ਸਸਟੇਨ ਕਰਦੀਆਂ ਨੇ। ਠੀਕ ਹੈ, ਮੰਨ ਲਓ ਐਜੂਕੇਸ਼ਨ ਟੈਕਸ ਇੱਕ ਪਾਸੇ ਜ਼ਿਆਦਾ ਨੇ, ਇੱਕ ਪਾਸੇ ਫੈਮਿਲੀਜ਼ ਜ਼ਿਆਦਾ ਨੇ, ਉਹਦਾ ਬਜਟ ਜ਼ਿਆਦਾ ਹੋ ਗਿਆ, ਦੂਸਰੀ ਦਾ ਘੱਟ ਹੋ ਗਿਆ, ਤਾਂ ਉਹ ਆਪਾਂ ਮੈਨੂੰ ਐਂ ਨਹੀਂ ਲੱਗਦਾ ਵੀ ਆਪਾਂ ਇੱਕ ਬਲੈਂਕਟ ਰੂਲ ਕਰਤਾ, ਕਿਉਂਕਿ ਜਿਹੜਾ ਇਹ ਜ਼ਮਾਨਾ ਇੱਥੇ ਤਾਂ ਮਾਰਕੀਟਿੰਗ ਫੋਕਸਡ ਹੁੰਦੀ ਹੈ ਵੀ ਤੁਸੀਂ ਕਿਤੇ ਜਾ ਕੇ ਉੱਥੇ ਇੱਕ ਟਾਵਰ ਲੱਗਿਆ ਅਤੇ ਉਹਨਾਂ ਨੇ ਤੁਹਾਡੇ ਸੈੱਲ ਫੋਨ ਨੂੰ ਮਾੜਾ ਮੋਟਾ ਉਹਦੇ ਨਾਲ ਫ੍ਰੀਕੁਐਂਸੀ ਕੈਚ ਕਰ ਲਈ, ਵੀ ਪੰਜਾਬੀ ਲੱਗਦਾ ਤਾਂ ਉੱਥੇ ਪੰਜਾਬੀ 'ਚ ਐਡ ਆ ਜਾਂਦੀ ਹੈ, ਜ਼ਮਾਨਾ ਤਾਂ ਇੱਥੋਂ ਤੱਕ ਆਇਆ ਹੋਇਆ। ਸੋ ਯੂ ਹੈਵ ਟੂ ਥਿੰਕ ਡੀਪਰ, ਐਂ ਬਲੈਂਕਟ ਰੂਲ ਨਹੀਂ ਗਾ ਵੀ ਆਹ ਕਰਤਾ ਤਾਂ ਕਰਤਾ ਕਰਤਾ, ਜਾਂ ਮੈਂ ਕਹਿ ਦਿਆਂ ਵੀ ਇਹ ਤਾਂ ਗਲਤ ਹੈ ਯਾਰ ਜਾਂ ਇਹ ਠੀਕ ਹੈ, ਇੰਨੀ ਇੰਨੀ ਕਲੀਅਰ, ਇੰਨਾ ਸਿੰਪਲ ਕੰਮ ਨਹੀਂ ਗਾ, ਕੰਪਲੈਕਸ ਆ। ਇੱਕ ਗੱਲ ਕਰਦੇ ਹੁਣ ਆਪਾਂ ਇੰਟਰਨੈਸ਼ਨਲ ਸਟੂਡੈਂਟਸ ਦੀ, ਜੀ ਇੰਟਰਨੈਸ਼ਨਲ ਸਟੂਡੈਂਟਸ ਦੀ ਜਦੋਂ ਗੱਲ ਕਰਦੇ ਹਾਂ, ਇੱਥੇ ਮੈਨੀਟੋਬਾ ਦੇ ਵਿੱਚ ਵੀ ਬਹੁਤ ਸਾਰੇ ਪੜ੍ਹਨ ਆਉਂਦੇ, ਵਿਨੀਪੈਗ ਆਪਣੇ ਦੇ ਵਿੱਚ ਬਹੁਤ ਪੜ੍ਹਨ ਆਉਂਦੇ ਜੀ, ਪਹਿਲਾਂ ਮੈਡੀਕਲ ਫ੍ਰੀ ਸੀਗਾ ਉਹਨਾਂ ਦਾ ਜੀ, ਪਰ ਹੁਣ ਜੇ ਲੇਟਲੀ ਇਹਨਾਂ ਨੇ ਕੀ ਕੀਤਾ ਕਿ ਮੈਡੀਕਲ ਫੈਸਿਲਿਟੀਜ਼ ਉਹਨਾਂ ਦੀਆਂ ਪ੍ਰੋਵਿੰਸ਼ੀਅਲ ਗਵਰਨਮੈਂਟ ਵੱਲੋਂ ਕੱਟ ਕਰ ਦਿੱਤੀਆਂ ਗਈਆਂ ਨੇ, ਦੇ ਹੈਵ ਟੂ ਲੁੱਕ ਅਪ ਟੂ ਦੇਅਰ ਕਾਲਜਿਸ ਕਿ ਉਹਨਾਂ ਨੂੰ ਉੱਥੋਂ ਗਰੁੱਪ ਇੰਸ਼ੋਰੈਂਸ ਦੇ ਵਿੱਚ ਉਹਨਾਂ ਨੂੰ ਦੇ ਥਰੂ ਉਹਨਾਂ ਨੂੰ ਮੈਡੀਕਲ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ ਜਾਣ। ਵਟ ਡੂ ਯੂ ਥਿੰਕ ਕੀ ਇਫੈਕਟ ਕਰ ਸਕਦਾ ਡਿਸੀਜਨ ਜਿਹੜੀ ਜਿਹੜੀ ਸਟੂਡੈਂਟ ਇਮੀਗ੍ਰੇਸ਼ਨ ਹੋ ਰਹੀ ਹੈ ਇੱਥੇ, ਅਤੇ ਇਹਨੂੰ ਕਿੱਦਾਂ ਟੈਕਲ ਕੀਤਾ ਜਾਣਾ ਚਾਹੀਦਾ, ਕਿੱਦਾਂ ਤੁਸੀਂ ਇੱਕ ਟੈਕਲ ਕਰੋਗੇ ਜਦੋਂ ਐਨਡੀਪੀ ਗਵਰਨਮੈਂਟ? ਦੇਖੋ ਗੱਲ ਇਹ ਹੈ ਵੀ ਤੁਸੀਂ ਤੁਹਾਡੇ ਕੋਲ ਬੜੇ ਬ੍ਰਿਲੀਅੰਟ ਬੱਚੇ ਪੜ੍ਹੇ ਲਿਖੇ ਜਿਨ੍ਹਾਂ ਨੇ, ਹੁਣ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਨਾ, ਜਿਨ੍ਹਾਂ ਨੇ ਉੱਥੇ ਡਾਕਟਰ ਪ੍ਰੋਫੈਸਰ ਬਣਨਾ ਸੀਗਾ, ਉਹ ਸਿਰਫ ਮਾਈਗ੍ਰੇਸ਼ਨ ਕਰਨ ਕਰਕੇ, ਇਮੀਗ੍ਰੇਟ ਹੋਣ ਕਰਨ ਕਰਕੇ, ਜੇਬਾਂ 'ਚੋਂ ਪੈਸੇ ਲਾ ਕੇ ਆਪਦੇ ਕਿੱਲੇ ਕਨਾਲਾਂ ਵੇਚ ਕੇ ਇੱਥੇ ਆਉਂਦੇ ਆ, ਦੁਗਣੀ ਤਿਗਣੀ ਫੀਸ ਪੇ ਕਰਕੇ ਇੰਟਰਨੈਸ਼ਨਲ ਸਟੂਡੈਂਟ ਤੌਰ ਤੇ। ਉਹ ਮੈਨੂੰ ਇਉਂ ਲੱਗਦਾ ਵੀ ਉਹਦੇ 'ਚ ਕੁਛ ਬੱਚੇ ਤਾਂ ਵਾਕਈ ਪੜ੍ਹਨਾ ਆਉਣਾ ਚਾਹੁੰਦੇ ਆ, ਕਈਆਂ ਦੀ ਟੌਪ ਪ੍ਰਾਇਰਟੀ ਹੈ ਜਿਹੜੀ ਵੀ ਪਰਮਾਨੈਂਟ ਰੈਜੀਡੈਂਟ ਹੋਣਾ। ਪਹਿਲੀ ਤਾਂ ਗੱਲ ਸਾਨੂੰ ਰਿਸਪੈਕਟ ਕਰਨੀ ਚਾਹੀਦੀ ਉਸ ਟੈਲੈਂਟ ਦੀ ਜਿਹੜਾ ਆਇਆ ਯਾਰ,
किस कॉस्ट पर आया। जे थोनों कोई बंदा कहता यार मैं तेनों ना हर महीने $1200 दिया करूँगा पर तू 20 साल आपके बापू नूं फोन नहीं करना ना जफ्फी पा सकदा वो कॉस्ट है बहुत वड्डी कॉस्ट है सानू देखना चाहिए सानू उन्हां नूं इन्ना टिंबरी टाइट नहीं कर देनी चाहिए कि यार कोई ना भी $200 दी हुण इंश्योरेंस भी लै रहे ठीक है। जे थोनों ये लगता है कि इकनोमिकली सस्टेनेबल कोई चीज़ है नहीं गवर्नमेंट हैज़ एवरी राइट टू डिसाइड वट एवर वे वर्कस इन दैट सिचुएशन पर जे थोड़ी इंटेंशन ये है भी यार इंश्योरेंस कंपनी मेरी भूआ दे मुंडे दी है भी जे आ फैसला लै लीए तो असी फार्म लै लाँगे असी उत्थे कॉटेज लै लाँगे उस इंटेंशन ते मैं हमेशा शक करदा। कुछ पॉलिटिशियंस इस धरती ते कल्ले इस मुल्क की गल नहीं करदा वह इदा दे है भी अरे ओं करी भी जो तू मंत्री बन गया ना मैनू लाटरियाँ दवा दी सारे हरियाणे दी लाटरियाँ मैनू दवा दी सारी ट्रांसपोर्ट का ठेका मैनू दवा दी यूनिवर्सिटियां दी क्लीनिंग का मैनू ठेका ਭੁੱਗਲ ਸਾਹਿਬ ਐਥਿਕਸ ਜਿਹੜੀ ਐਥਿਕਸ ਦੀ ਗੱਲ ਹੈ ਜੇ ਤੁਸੀਂ ਕਲੀਨ ਇੰਟੈਂਸ਼ਨ ਦੇ ਨਾਲ ਕੋਈ ਕਿਸੇ ਕਿਸਮ ਦੀ ਚੀਜ਼ ਲਾ ਵੀ ਰਹੇ ਹੋ ਵੀ ਇੰਸ਼ੋਰੈਂਸ ਇਸ ਗੱਲ ਕਰਕੇ ਲਾ ਰਹੇ ਹੋ ਕਿ ਉਹਦੇ ਨਾਲ ਉਹ ਕਵਰਡ ਹੁੰਦੇ ਆ ਨਹੀਂ ਜਾਣੀਏ ਕਿਸੇ ਦਾ ਮਤਲਬ ਕੋਈ ਇਸ ਤਰ੍ਹਾਂ ਦੀ ਮਿਸਹੈਪਨਿੰਗ ਹੋ ਜਾਂਦੀ ਹੈ ਤਾਂ ਉਹ ਕਵਰ ਜ਼ਿਆਦਾ ਐਕਸਪੈਂਸਿਵ ਇੰਟੈਂਸ਼ਨ ਕਈ ਵਾਰੀ ਫੈਸਲੇ ਮਾੜੇ ਨਹੀਂ ਹੁੰਦੇ ਇੰਟੈਂਸ਼ਨ ਮਾੜੀ ਹੁੰਦੀ ਹੈ ਜਿੱਥੇ ਇੰਟੈਂਸ਼ਨ ਮਾੜੀ ਹੈ ਦੇਖੋ ਜਿਹੜੀ ਅਸੀਂ ਵਰਕਿੰਗ ਕਲਾਸ ਹੈ ਨਾ ਜੀ ਸਾਨੂੰ ਤਾਂ ਨਿਊਜ਼ ਅਨੈਲਿਸਿਸ ਕਰਨ ਦੇ ਤੁਸੀਂ ਸਾਰੇ ਮਿੱਤਰ ਪਿਆਰਿਓ ਭੈਣੋ ਤੁਸੀਂ ਸਾਰੇ ਆਪ ਟੀ ਵੀ ਦੇਖ ਰਹੇ ਹੋ ਮੈਨੂੰ ਇਹ ਦੱਸੋ ਵੀ ਸਾਡੇ 'ਚੋਂ ਕਿੰਨੇ ਜਣਿਆਂ ਦੇ ਘਰ ਵਿਨੀਪੈਗ ਫਰੀ ਪ੍ਰੈਸ ਆਉਂਦਾ ਕਿੰਨੇ ਜਣਿਆਂ ਦੇ ਘਰ ਵਿਨੀਪੈਗ ਸਨ ਆਉਂਦਾ ਮੈਕਲੀਨਸ ਮੈਗਜ਼ੀਨ ਕਿੰਨੇ ਜਣੇ ਪੜ੍ਹਦੇ ਆ ਹਾਂ ਅਸੀਂ ਉਹ ਦੇਖਦੇ ਹਾਂ ਪੁਰਾਣਾ PTC ਪੰਜਾਬੀ ਉੱਥੋਂ ਵਾਲਾ ਦੇਖਦੇ ਹਾਂ ਅਮਰਿੰਦਰ ਸਿੰਘ ਨੇ ਕੀ ਕਹਿਤਾ ਬਾਦਲ ਸਾਹਿਬ ਨੇ ਕੀ ਕਹਿਤਾ ਅਸੀਂ ਦੇਖਦੇ ਹਾਂ ਪਰ ਜਿੱਥੇ ਤੁਸੀਂ ਰਹਿੰਦੇ ਹਾਂ ਜਿਹੜੀ ਸਰਕਾਰ ਨੇ ਜਿਹੜੇ ਫੈਸਲੇ ਨੇ ਤੁਹਾਡੇ ਬੱਚਿਆਂ ਦਾ ਭਵਿੱਖ ਬਣਾਉਣਾ ਸਾਨੂੰ ਅਸੀਂ ਕਿੰਨੇ ਕੁ ਅਵੇਅਰ ਹੈ ਉੱਥੋਂ ਦੀਆਂ ਪੋਲਿਸੀਜ਼ ਬਾਰੇ ਸੋ ਉਹ ਚੀਜ਼ਾਂ ਨੇ ਜਦੋਂ ਤੁਹਾਨੂੰ ਇਹ ਪਤਾ ਹੀ ਨਹੀਂ ਤੁਹਾਡੀ ਬਿਰਤੀ ਤਾਂ ਉੱਥੇ ਆ ਹੈ ਨਾ ਅਸੀਂ ਇੱਥੋਂ ਦੀ ਗੱਲ ਨਹੀਂ ਕਰ ਰਹੇ ਤਾਂ ਭਾਵੇਂ ਤੁਹਾਡੀ ਕੋਈ ਜੇਬ ਕੱਟੀ ਜਾਂਦਾ ਹੋਵੇ ਜਿੰਨਾ ਜਿੰਨਾ ਵੋਟਰ ਅਵੇਅਰ ਹੋਊਗਾ ਜਿੰਨਾ ਇੱਕ ਸਿਟੀਜ਼ਨ ਅਵੇਅਰ ਹੋਊਗਾ ਓਨਾ ਹੀ ਤੁਹਾਡਾ ਆਲਾ ਦੁਆਲਾ ਸਾਫ਼ ਹੋਊਗਾ ਓਨਾ ਹੀ ਤੁਹਾਡਾ ਪਿੰਡ ਸਾਫ਼ ਸੁਥਰਾ ਹੋਊਗਾ ਓਨਾ ਹੀ ਤੁਹਾਡਾ ਸ਼ਹਿਰ ਖੁਸ਼ਹਾਲ ਹੋਊਗਾ ਅਤੇ ਇੱਕ ਹੋਰ ਗੱਲ ਕਰੀਏ ਜਿਹੜੀ ਆਪਾਂ ਜਿਹੜੀ ਸਬਸਟੈਂਸ ਅਬਿਊਜ਼ ਔਰ ਸਬਸਟੈਂਸ ਅਡਿਕਸ਼ਨ ਜਿਹੜੀ ਬਹੁਤ ਜ਼ਿਆਦਾ ਇਸ ਵੇਲੇ ਖਬਰਾਂ ਦੇ ਵਿੱਚ ਬਣੀ ਹੋਈ ਹੈ ਜੀ ਨਾਲ ਹੀ ਨਾਲ ਵਾਇਲੈਂਸ ਰਿਲੇਟਡ ਕ੍ਰਾਈਮਸ ਵੀ ਬਹੁਤ ਵੱਧ ਰਹੇ ਨੇ ਵਿਨੀਪੈਗ ਦੇ ਵਿੱਚ ਸਪੈਸ਼ਲੀ ਤੁਸੀਂ ਬਰੋਜ਼ ਦੇ ਵਿੱਚੋਂ ਉੱਥੇ ਵੀ ਕਈ ਏਰੀਏ ਮੈਂ ਨਹੀਂ ਕਹਿੰਦਾ ਸਿਰਫ ਉੱਥੇ ਹੀ ਨੇ ਵਿਨੀਪੈਗ ਦੇ ਵਿੱਚ ਸਭ ਥਾਂ ਦੇ ਉੱਤੇ ਨੇ ਉੱਥੇ ਵੀ ਕਈ ਇਹੋ ਜਿਹੇ ਏਰੀਆਜ਼ ਨੇ ਜਿੱਥੇ ਇਹ ਬਹੁਤ ਜ਼ਿਆਦਾ ਵੱਡੀ ਪ੍ਰੋਬਲਮ ਹੈ ਕਿਉਂਕਿ ਜਦੋਂ ਅਸੀਂ ਐਜ਼ MLA ਆਉਂਦੇ ਹੋ ਤੁਸੀਂ ਸਿਰਫ ਪੰਜਾਬੀ ਕਮਿਊਨਿਟੀ ਦੇ ਨਹੀਂ ਹੋ ਤੁਸੀਂ ਸਾਰੀ ਸਾਰੀ ਬਰੋਜ਼ ਕੰਸਟੀਟੂਐਂਸੀ ਦੇ ਹੋ ਜਿਹਦੇ ਵਿੱਚ ਹਰੇਕ ਕਾਸਟ ਐਂਡ ਕ੍ਰੀਡ ਦੇ ਬੰਦੇ ਆਉਂਦੇ ਨੇ ਐਂਡ ਯੂ ਰਿਪ੍ਰੈਜ਼ੈਂਟ ਦੈਮ ਇਕੁਅਲੀ ਤੇ ਉਸ ਬਾਰੇ ਤੁਹਾਡਾ ਕੀ ਖਿਆਲ ਹੈ ਤੁਸੀਂ ਕੀ ਇਹੋ ਜਿਹਾ ਕਰਨਾ ਚਾਹੋਗੇ ਐਂਡ ਜਾਂ NDP ਪਾਰਟੀ ਦੇ ਕੋਲ ਇਹੋ ਜਿਹੀ ਕਿਹੜੀ ਪਾਲਿਸੀ ਹੈ ਕਿ ਉਹ ਇਹੋ ਜਿਹੀ ਡਰੱਗ ਅਡਿਕਸ਼ਨ ਔਰ ਨਾਲ ਹੀ ਨਾਲ ਵਾਇਲੈਂਸ ਰਿਲੇਟਡ ਕ੍ਰਾਈਮਸ ਇਸ ਸਮੱਸਿਆ ਨੂੰ ਨੱਥ ਪਾਏ ਮੈਂ ਤੁਹਾਨੂੰ ਗੱਲ ਦੱਸਾਂ ਇੱਕ ਤੁਹਾਨੂੰ ਇੱਕ ਫਿਲੋਸਫੀ ਦੱਸਾਂ ਜਦੋਂ ਵੀ ਕਿਸੇ ਚੀਜ਼ ਨੂੰ ਤੁਸੀਂ ਕੰਟਰੋਲ ਕਰਨਾ ਇੰਪਲੀਮੈਂਟ ਕਰਨਾ ਦੋ ਹੀ ਤਰੀਕੇ ਨੇ ਇੱਕ ਐਜੂਕੇਸ਼ਨ ਇੱਕ ਇਨਫੋਰਸਮੈਂਟ ਐਜੂਕੇਸ਼ਨ ਇਹ ਕਿ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ ਠੀਕ ਹੈ ਇਨਫੋਰਸਮੈਂਟ ਇਹ ਕਿ ਫਲਾਨੀ ਡਰੱਗ ਹੈ ਜਿਹੜੀ ਇਹ ਪ੍ਰੋਹਿਬਿਟਡ ਹੈ ਵੀ ਜੇ ਕੋਈ ਖਾਂਦਾ ਫੜਿਆ ਗਿਆ ਤਾਂ ਜੇਲ੍ਹ ਹੋ ਜੂ ਦੋਨਾਂ 'ਚੋਂ ਇੱਕ ਚੀਜ਼ ਕਦੇ ਵੀ ਕੰਮ ਨਹੀਂ ਕਰਦੀ ਸਮਝਾਏ ਤੋਂ ਕੋਈ ਸਮਝਦਾ ਨਹੀਂ ਕੁੱਟੇ ਤੋਂ ਕੋਈ ਮੰਨਦਾ ਨਹੀਂ ਸੋ ਵੀ ਹੈਵ ਟੂ ਕ੍ਰੀਏਟ ਅ ਕੰਬੀਨੇਸ਼ਨ ਪਰਸੋਂ 'ਚ ਉੱਥੇ ਹੀ ਸਾਡੇ ਲੀਡਰ NDP ਲੀਡਰ ਨੇ ਇੱਕ ਪ੍ਰੈਸ ਰਿਲੀਜ਼ ਦਿੱਤੀ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਸੀਗਾ ਕਿ ਸਾਡਾ ਜਿਹੜਾ ਮੈਥ ਅਡਿਕਸ਼ਨ ਹੈ ਜਾਂ ਡਰੱਗ ਅਡਿਕਸ਼ਨ ਹੈ ਇਹ ਬਹੁਤ ਵੱਡੀ ਸਮੱਸਿਆ ਹੈ ਇਹ ਇਕੱਲੀ ਡਰੱਗ ਅਡਿਕਸ਼ਨ ਦੀ ਸਮੱਸਿਆ ਨਹੀਂ ਇਹ ਹੈਲਥ ਇਸ਼ੂ ਬਣਦਾ ਜਾ ਰਿਹਾ ਜੀ ਠੀਕ ਹੈ ਉਹਨੂੰ ਅਸੀਂ ਐਡਰੈਸ ਕਰਾਂਗੇ ਉਹ ਸਾਡੀ ਪ੍ਰਾਇਰਟੀ 'ਤੇ ਹੈਗਾ ਕਿਉਂਕਿ ਹੁਣ ਕੀ ਕਰੋਗੇ ਤੁਸੀਂ ਉਹਦੇ ਬਾਰੇ ਡੀ ਅਡਿਕਸ਼ਨ ਸੈਂਟਰਸ ਖੋਲੋਗੇ ਜਾਂ ਫੰਡਿੰਗ ਜਿਹੜੀ ਮੈਡੀਕਲ ਦੀ ਫੰਡਿੰਗ ਹੈ ਉਹਦੇ ਵੱਲ ਜ਼ਿਆਦਾ ਫੋਕਸਡ ਕਰੋਗੇ ਦੇਖੋ ਜਿਹੜੀ ਤੁਸੀਂ ਮੇਨ ਸਟਰੀਟ ਪ੍ਰੋਜੈਕਟ ਇੱਕ ਪਿੱਛੇ ਜੇ ਤੁਸੀਂ ਉਹਦੀ ਡਿਟੇਲ ਦੇ ਵਿੱਚ ਆਉਂਗੇ ਮੇਨ ਸਟਰੀਟ ਪ੍ਰੋਜੈਕਟ ਹੈ ਜਿਹੜਾ ਫੋਕਸ ਕਰਦਾ ਹੈ ਕਿ ਜਿਹੜੀ ਅਡਿਕਟਡ ਜਿਹੜੀ ਯੂਥ ਹੈ ਉਹ ਸਾਡੀ ਟੋਪ ਪ੍ਰਾਇਰਟੀ ਉਹ ਕਿਵੇਂ ਕਰਾਂਗੇ ਜਾਂ ਕਿੰਨਾ ਬਜਟ ਆਊਗਾ ਆਈ ਡੋਂਟ ਹੈਵ ਦਾ ਨੰਬਰਸ ਬਟ ਦੈਟਸ ਔਨ ਆਵਰ ਟੋਪ ਪ੍ਰਾਇਰਟੀ ਕਿਉਂਕਿ ਦੇਖੋ ਜਿਹੜਾ ਯੂਥ ਅਡਿਕਟ ਹੈ ਯੂਥ ਜਾਂ ਅਡਲਟ ਜਿਹੜਾ ਅਡਿਕਟ ਹੈ ਉਹਨੂੰ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਵੀ ਕੱਲ੍ਹ ਨੂੰ ਨਾ ਛਕੀ ਉਹਨੇ ਛਕਣਾ ਸਾਡੀ ਰਿਸਪੋਂਸੀਬਿਲਟੀ ਉਹਨੂੰ ਜਿਉਂਦਾ ਰੱਖਣਾ ਉਹਨੂੰ ਰਿਹੈਬਿਲੀਟੇਟ ਕਰਨਾ ਉਹਦਾ ਮੁੜ ਸੇਵਾ ਕਰਨਾ ਅਤੇ ਜਿਹੜੀ ਯੂਥ ਅਜੇ ਨਹੀਂ ਲੱਗੀ ਉਹਨੂੰ ਲੱਗਣ ਤੋਂ ਰੋਕਣਾ ਦੋਨੋਂ ਹੈ
ਸਾਡੀ ਉਹ ਟੋਪ ਪ੍ਰਾਇਰਟੀ 'ਤੇ ਹੈਗਾ ਹਮੇਸ਼ਾ ਹੀ ਹਰ ਬਿਆਨ ਦੇ ਵਿੱਚ ਹਰ ਪੋਲਿਸੀ ਦੇ ਵਿੱਚ ਇਹ ਚੀਜ਼ ਹੈਗੀ ਹੈ ਵੀ ਅਸੀਂ ਡਰੱਗ ਅਡਿਕਸ਼ਨ 'ਤੇ ਅਸੀਂ ਹੈਲਥ ਕੇਅਰ 'ਤੇ ਕੰਮ ਕਰਨਾ ਅਤੇ ਜਾਂਦੇ ਜਾਂਦੇ ਇੱਕ ਹੋਰ ਟੋਪਿਕ ਮਾੜਾ ਜਿਹਾ ਛੋਹ ਲਈਏ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਵਿੱਚ ਜੇ ਖਬਰਾਂ ਆਉਂਦੀਆਂ ਨੇ ਕਿ ਉਹ MPI ਨੂੰ ਮੈਨਟੋਬਾ ਪਬਲਿਕ ਇੰਸ਼ੋਰੈਂਸ ਨੂੰ ਅਤੇ ਮੈਨਟੋਬਾ ਲਿਕਨ ਲੋਟਰੀ ਨੂੰ ਪ੍ਰਾਈਵੇਟਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਵਟ ਇਜ਼ ਯੋਰ ਟੇਕ ਆਨ ਦੈਟ ਜਦੋਂ ਕਿਸੇ ਚੀਜ਼ ਨੂੰ ਪ੍ਰਾਈਵੇਟ ਕਰਦੇ ਹੋ ਤੁਸੀਂ ਨਾ ਫਿਰ ਕਿਉਂਕਿ ਪੰਜਾਬੀ ਆਡੀਅੰਸ ਹੈ ਮੈਂ ਤੁਹਾਨੂੰ ਉਹਦੇ ਨਾਲ ਰਿਲੇਟ ਕਰਕੇ ਦੱਸੂੰਗਾ ਫਿਰ ਜ਼ਿਆਦਾ ਸਮਝ ਆਊਗੀ ਅੱਜ ਤੋਂ 15 ਸਾਲ ਪਹਿਲਾਂ ਮੈਨੂੰ ਇਹ ਦੱਸਿਓ ਕਿੰਨੇ BEd ਕਾਲਜ ਪੰਜਾਬ ਦੇ ਵਿੱਚ ਪ੍ਰਾਈਵੇਟ ਸੀਗੇ ਮੇਰਾ ਐਗਰੀਕਲਚਰ ਆਪਣਾ ਵਿਸ਼ਾ ਹੈ ਸਾਰੇ ਜਣੇ ਮਤਲਬ ਇਕੱਲੇ ਮੈਨੀਟੋਬਾ ਵਾਲੇ ਨਹੀਂ ਸੁਣ ਰਹੇ ਸਾਰੇ ਮਤਲਬ ਸੋਸ਼ਲ ਮੀਡੀਆ 'ਤੇ ਜਾ ਰਿਹਾ ਸਾਰੇ ਸੁਣ ਰਿਹਾ ਮੈਨੂੰ ਇਹ ਦੱਸਿਓ ਕਿ ਪੰਜਾਬ ਦੇ ਵਿੱਚ ਅੱਜ ਤੋਂ 15 ਸਾਲ ਪਹਿਲਾਂ ਕਿੰਨੇ ਖੇਤੀਬਾੜੀ ਕਾਲਜ ਸੀ 3 ਸੀ ਬਾਈ ਜੀ ਇੱਕ ਬਰਜਿੰਦਰਾ ਕਾਲਜ ਇੱਕ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਇੱਕ ਖਾਲਸਾ ਕਾਲਜ ਹੁਣ ਜੇ ਮੈਂ ਗਲਤ ਨਾ ਹੋਵਾਂ 30-40 ਜਾਂ 50 ਐਗਰੀਕਲਚਰ ਕਾਲਜ ਨੇ ਕਿਹਦੇ ਨੇ ਉਹ ਸਰਕਾਰ ਦੇ ਨੇ ਠੀਕ ਹੈ ਉਹ ਜਾਂ ਮੰਤਰੀਆਂ ਦੇ ਨੇ ਜਾਂ ਮੰਤਰੀਆਂ ਦੇ ਰਿਸ਼ਤੇਦਾਰਾਂ ਦੇ ਨੇ ਉਹੀ ਕੁਛ ਇੱਥੇ ਨਾ ਸ਼ੁਰੂ ਹੋ ਜਾਵੇ ਇਸ ਚੀਜ਼ ਦਾ ਸਾਨੂੰ ਡਰ ਲੱਗਦਾ ਜੇ ਤੁਸੀਂ ਕਹਿੰਦੇ ਵੀ MPI ਪ੍ਰਾਈਵੇਟ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਤੋਂ ਸ਼ੁਰੂ ਹੁੰਦਾ ਹੁੰਦਾ ਕੰਮ ਇਹ PPP ਕਹਿੰਦੇ ਆ ਉਹ ਸਾਨੂੰ ਵਾਲਾ ਜੱਚਦੀ ਨੀਗੀ ਗੱਲ ਕਿਉਂਕਿ PPP ਕਰਕੇ ਉਹ ਖਾ ਪੀ ਜਾਂਦੇ ਸਾਰਾ ਕੁਛ ਕੀ ਹੈ ਵੀ ਆਹ ਭੂਆ ਦੇ ਮੁੰਡੇ ਦਾ ਸ਼ੇਅਰ ਪਵਾ ਲਿਆ ਇਹ ਕਹਿਤਾ ਵੀ ਯਾਰ ਤੁਸੀਂ ਐਂ ਕਰੋ ਵੀ ਇੰਨਾ ਕੁ ਪਾਰਟ ਹੈ ਜਿਹੜਾ ਔਨਲਾਈਨ ਵਾਲਾ ਕੰਮ ਕਰਨਾ ਇਹ ਪ੍ਰਾਈਵੇਟ ਨੂੰ ਦੇ ਦਿਓ ਹੌਲੀ 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 ਅਡਿਕਟ ਕਰਦੇ 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 ਲੋਕਾਂ ਨੂੰ ਆਹ ਵੀ ਪ੍ਰਾਈਵੇਟ ਪ੍ਰਾਈਵੇਟ ਯੂਨੀਵਰਸਿਟੀ ਪ੍ਰਾਈਵੇਟ ਓਕੇ ਹੋ ਸਕਦਾ ਤੁਹਾਡੀਆਂ 55 ਯੂਨੀਵਰਸਿਟੀਆਂ ਨੇ ਮੰਨ ਲਓ ਕਿਸੇ ਪ੍ਰੋਵਿੰਸ ਦੇ ਵਿੱਚ ਮੰਨ ਲਓ USA ਦੀ ਗੱਲ ਕਰੀਏ ਉਹਦੇ 'ਚੋਂ 2 ਪ੍ਰਾਈਵੇਟ ਨੇ ਪਰ ਯਾਰ ਜੇ 53 ਪ੍ਰਾਈਵੇਟ ਹੋ ਗਈਆਂ ਫਿਰ ਕੀ ਬਣੂਗਾ ਅਮੀਰ ਬੰਦੇ ਕਿੰਨੇ ਸੋਚੋ ਇਸ ਧਰਤੀ 'ਤੇ ਜਿਹੜੇ ਮਰਜ਼ੀ ਮੁਲਕ ਦੇ ਵਿੱਚ ਜਾ ਕੇ ਡੇਟਾ ਲੈ ਲਓ ਵੀ 100 ਦੇ ਵਿੱਚੋਂ ਅਮੀਰ ਬੰਦੇ 99 ਤਾਂ ਨਹੀਂ ਨਾ ਹੈਗੇ 1 ਜਾਂ 2 3 ਜਾਂ 5 ਨੇ 95 ਤਾਂ ਗਰੀਬ ਜਾਂ ਮਿਡਿਓਕਰ ਨੇ ਨਾ ਅਤੇ ਜੇ 53 ਯੂਨੀਵਰਸਿਟੀਆਂ ਪ੍ਰਾਈਵੇਟ ਹੋਣਗੀਆਂ ਅਤੇ 2 ਸਰਕਾਰੀ ਹੋਣਗੀਆਂ ਅਤੇ ਫਿਰ ਉਹ ਪੰਜਾਬ ਵਾਲਾ ਡੇਟਾ ਵੀ ਪਿੰਡਾਂ ਦੇ 3% ਯੂਥ ਯੂਨੀਵਰਸਿਟੀ 'ਚ ਜਾ ਰਹੇ ਆ ਅਤੇ ਬਾਕੀ 97 ਕਿੱਥੇ ਹੈ ਜਾਂ ਨੱਕੇ ਮੋੜੀ ਜਾਂਦੇ ਆ ਜਾਂ ਮੋਬਾਈਲ 'ਤੇ ਬੈਠੇ ਆ ਉਹ ਚੀਜ਼ ਇੱਥੇ ਹੋ ਸਕਦੀ ਹੈ ਮੈਨੂੰ ਆਈ ਸਸਪੈਕਟ ਕਿ ਜਿਹੜੇ ਇਹ ਡਿਸੀਜਨ ਹੈ ਇਹ ਡਿਸੀਜਨ ਉਵੇਂ ਹੀ ਨੇ ਭੂਆ ਦੇ ਮੁੰਡੇ ਦੀ ਕੰਪਨੀ ਨੂੰ ਇੰਪਰੂਵ ਕਰਨ ਵਾਲੇ ਵੀ ਇੱਧਰੋਂ ਕੱਟ ਲਾ ਕੇ ਕਿਉਂਕਿ ਪੈਸਾ ਤਾਂ ਸਾਡਾ ਜੀ ਪੈਸਾ ਤੁਹਾਡਾ ਮੇਰਾ ਜਿਹੜੇ ਸਾਰੇ ਦੇਖੀ ਜਾਂਦੇ ਉਹਨਾਂ ਦਾ ਕਿਉਂਕਿ ਅਸੀਂ ਟੈਕਸ ਮੱਥਾ ਟੇਕਦੇ ਹਾਂ ਅਸੀਂ ਟੈਕਸ ਦੇ ਉਹਦੇ ਜ਼ਰੀਏ ਅਸੀਂ ਇੱਕ ਕੰਟਰੀਬਿਊਟ ਕਰਦੇ ਹਾਂ ਜੇ ਮੈਨੀਟੋਬਾ ਨੂੰ ਸਾਰੀ ਜਾਂ ਕੈਨੇਡਾ ਨੂੰ ਇੱਕ ਫੈਮਿਲੀ ਸਮਝ ਲਈਏ ਵੀ ਸਾਰਿਆਂ ਨੇ 55 ਸਿੱਟਤੀ ਸਾਰਾ ਬਣ ਗਿਆ ਅਤੇ ਉਹਦੀ ਇਕੱਠੀ ਰੋਟੀ ਖਾਵਾਂਗੇ ਇਕੱਠੇ ਕੱਪੜੇ ਬਣਾਵਾਂਗੇ ਜੁੱਤੀਆਂ ਸਵਾਵਾਂਗੇ ਹੈ ਨਾ ਪਰ ਜੇ ਉਹਦੇ 'ਚ ਕਹੀਏ ਵੀ ਯਾਰ ਜੁੱਤੀਆਂ ਵਾਲਾ ਮੇਰੇ ਮਾਮੇ ਦਾ ਮੁੰਡਾ ਵੀ ਜੁੱਤੀਆਂ ਤੁਸੀਂ ਉੱਥੋਂ ਹੀ ਸਵਾਉਣੀਆਂ ਬਸ ਯਾਰ ਮੈਂ ਨਹੀਂ ਸਵਾਉਣੀਆਂ ਤੋਂ ਮੈਨੂੰ ਨਹੀਂ ਚੰਗਾ ਲੱਗਦਾ ਉਹ ਜਦੋਂ ਤੁਸੀਂ ਕਿਸੇ 'ਤੇ ਇਉਂ ਕੋਈ ਚੀਜ਼ ਇੰਪਲੀਮੈਂਟ ਕਰੋਗੇ ਉਹ ਫਿਰ ਫਿਸ਼ੀ ਹੋ ਜਾਂਦਾ ਉੱਥੇ ਤੁਹਾਡੀ ਇੰਟੈਂਸ਼ਨ ਮਾੜੀ ਹੋ ਜਾਂਦੀ ਹੈ ਮੈਂ ਕਿਸੇ ਨੂੰ ਮਾੜਾ ਨਹੀਂ ਕਹੂੰਗਾ ਮੈਂ ਕਿਸੇ ਨੂੰ ਚੰਗਾ ਨਹੀਂ ਕਹੂੰਗਾ ਇਟਸ ਯੂ ਟੂ ਡਿਸਾਈਡ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਕਿਵੇਂ ਹੋ ਰਿਹਾ ਮੈਨੂੰ ਇਹ ਦੱਸੋ ਵੀ ਜਦੋਂ ਪ੍ਰਾਈਵੇਟਾਈਜ਼ ਕੋਈ ਚੀਜ਼ ਹੁੰਦੀ ਹੈ ਉਦੋਂ ਮੁੱਲ ਵੱਧਦਾ ਕਿ ਘੱਟਦਾ ਤੁਹਾਨੂੰ ਇਹ ਲੱਗਦਾ ਵੀ ਜੇ ਪ੍ਰਾਈਵੇਟ ਇੰਸ਼ੋਰੈਂਸ ਹੋ ਗਈ ਜਾਂ ਪ੍ਰਾਈਵੇਟ ਸਕੂਲ ਹੋ ਗਏ ਜਾਂ ਪ੍ਰਾਈਵੇਟ ਕਾਲਜ ਹੋ ਗਏ ਤਾਂ ਪ੍ਰਾਈਵੇਟ ਸਕੂਲ ਦੀ ਫੀਸ ਸਰਕਾਰੀ ਨਾਲੋਂ ਵੱਧ ਹੋਊਗੀ ਘੱਟ ਹੋਊਗੀ ਵੀ ਆਲਰੇਡੀ ਨੋ ਕਿ ਹਾਂ ਕਈ ਬਹੁਤ ਸਾਰੇ ਪ੍ਰੋਵਿੰਸਿਸ ਇੱਦਾਂ ਨੇ ਜਿੱਥੇ ਇੰਸ਼ੋਰੈਂਸ ਕਾਸਟ ਬਹੁਤ ਜ਼ਿਆਦਾ ਨੇ ਜਿੱਥੇ ਪ੍ਰਾਈਵੇਟ ਆਪਣੇ ਘੱਟ ਸੋ ਵੀ ਨੋ ਦੈਟ ਅਸੀਂ ਉਸ ਰਾਹ ਤੋਂ ਪੈ ਰਹੇ ਸੋ ਯੂ ਆਰ ਟੋਟਲੀ ਅਗੇਂਸਟ ਇਟ ਤੇ ਜਾਂਦੇ ਜਾਂਦੇ ਹੁਣ ਟਾਈਮ ਸਾਡੇ ਕੋਲ ਹੋ ਚੱਲਾ ਹੈ ਖਤਮ ਜਾਂਦੇ ਜਾਂਦੇ ਆਪਣੇ ਕੰਸਟੀਟੂਐਂਟਸ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਤੁਸੀਂ ਦੇਖੋ ਜੀ ਮੈਂ ਸੁਨੇਹਾ ਦੇਣ ਜੋਗਾ ਤਾਂ ਨਾ ਤਾਂ ਮੇਰੀ ਇੰਨੀ ਉਮਰ ਹੈ ਅਤੇ ਨਾ ਹੀ ਮੇਰਾ ਇੰਨਾ ਐਕਸਪੀਰੀਅੰਸ ਹੈ ਪਰ ਮੈਂ ਇੰਨੀ ਬੇਨਤੀ ਜ਼ਰੂਰ ਕਰਨਾ ਚਾਹੂੰਗਾ ਕਿ ਜਦੋਂ ਤੁਸੀਂ ਵੋਟ ਪਾਉਣੀ ਹੈ ਇਕੱਲੀ ਬਰੋਜ਼ ਦੇ ਵਿੱਚ ਨਹੀਂ ਕਿਤੇ ਵੀ ਇੱਥੇ ਪਿੰਡ ਕੱਲ੍ਹ ਨੂੰ ਪਰਸੋਂ ਆਉਂਦੇ ਸਾਲਾਂ 'ਚ ਤੁਸੀਂ ਤੁਹਾਡੇ ਜਵਾਕਾਂ ਨੇ ਉਸ ਡਿਸੀਜਨ ਦਾ ਕੋਈ ਆਧਾਰ ਹੋਣਾ ਚਾਹੀਦਾ ਉਸ ਡਿਸੀਜਨ ਦਾ ਆਧਾਰ ਹੋਣਾ ਚਾਹੀਦਾ ਕਿ ਮੈਂ ਇਸ ਬੰਦੇ ਨੂੰ ਵੋਟ ਪਾਈ ਹੈ ਇਸ ਲੇਡੀ ਨੂੰ ਵੋਟ ਪਾਈ ਹੈ ਤਾਂ ਪਾਈ ਹੈ ਕਿਉਂਕਿ ਇਹਦੇ 'ਚ ਕੋਈ ਦਮ ਹੈ ਇਹਦੇ 'ਚ ਬੋਲਣ ਦਾ ਦਮ ਹੈ ਇਹਨੇ ਕਮਿਊਨਿਟੀ ਦੇ ਵਿੱਚ ਕੰਮ ਕੀਤਾ ਹੋਇਆ ਇਹਦਾ ਐਜੂਕੇਸ਼ਨ ਲੈਵਲ ਵਧੀਆ ਇਹਦਾ ਵਿਜ਼ਨ ਗ੍ਰੇਟ ਹੈ ਨਾ ਕਿ ਵੀ ਯਾਰ ਇਹ ਤਾਂ ਮੈਨੂੰ ਪਰਸੋਂ ਪਹਿਲਾਂ ਕਹਿ ਗਿਆ ਸੀ ਪਹਿਲਾਂ ਕਹਿਣ ਦਾ ਕੋਈ ਮਤਲਬ ਨਹੀਂ ਬਾਅਦ 'ਚ ਕਹਿਣ ਦਾ ਕੋਈ ਮਤਲਬ ਨਹੀਂ ਕਿਉਂਕਿ ਤੁਹਾਡਾ ਇਹ ਡਿਸੀਜਨ ਇਟਸ ਗੋਇੰਗ ਟੂ ਅਫੈਕਟ ਯੂਅਰ ਕਿਡਸ ਇਹ ਨਾ ਹੋ ਜਾਵੇ ਕਿ ਅਸੀਂ ਇਸ ਪੋਲੀਟੀਕਲ ਸਿਸਟਮ ਦੇ ਜੜੀ ਤੇਲ ਦੇ ਦਈਏ
ਮੈਨੂੰ ਵੋਟ ਨਾ ਪਾਇਓ, ਉਹਨੂੰ ਨਾ ਪਾਇਓ, ਇਹਨੂੰ ਪਾਇਓ, ਮੈਨੂੰ ਹੀ ਪਾਇਓ, ਇਹ ਚੀਜ਼ਾਂ ਅਸੀਂ ਨਹੀਂ ਕਹਿ ਸਕਦੇ, ਇਹ ਵੋਟਰ ਦਾ ਡਿਸੀਜਨ ਹੈ। ਪਰ ਵੋਟਰ ਨੂੰ ਇਹ ਬੇਨਤੀ ਜ਼ਰੂਰ ਕਰ ਸਕਦੇ ਹਾਂ ਕਿ ਬਾਇਸਡ ਡਿਸੀਜਨ ਵਾਲੇ ਉਹ ਜਿਹੜਾ ਬੰਦਾ ਵਾਕਈ ਤੁਹਾਨੂੰ ਉਹਦੇ ਬਾਰੇ ਪੜ੍ਹੋ, ਉਹਦੇ ਨਾਲ ਗੱਲਾਂ ਕਰੋ, ਉਹਦੇ ਤੋਂ ਸਵਾਲ ਪੁੱਛੋ, ਜਿਹੜਾ ਬੰਦਾ ਤੁਹਾਨੂੰ ਕਨਵਿੰਸ ਕਰਦਾ ਉਹਨੂੰ ਵੋਟ ਪਾਓ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਬਾਈ ਦਲਜੀਤ ਬਰਾੜ ਜੀ ਸਾਡੇ ਸਟੂਡੀਓ ਦੇ ਵਿੱਚ ਆਉਣ ਦੇ ਲਈ। ਤੁਸੀਂ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਕੀਤੇ, ਸਾਡੀਆਂ ਸ਼ੁਭਕਾਮਨਾਵਾਂ ਪੰਜਾਬ ਵਿਜ਼ਨ ਪੰਜਾਬ ਦੀ ਟੀਮ ਵੱਲੋਂ ਕਿ ਜਿਹੜੀ ਇਲੈਕਸ਼ਨਸ ਨੇ ਫੇਅਰ ਹੋਣ ਐਂਡ ਮੇ ਦਾ ਬੈਸਟ ਪਰਸਨ ਵਿਨ। ਥੈਂਕ ਯੂ ਸੋ ਮੱਚ ਫੋਰ ਕਮਿੰਗ ਇਨ ਦਾ ਸਟੂਡੀਓ। ਥੈਂਕ ਯੂ ਬਾਈ ਜੀ। ਥੈਂਕ ਯੂ। ਥੈਂਕ ਯੂ ਸੋ ਮੱਚ।